ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਸ ਵੇਲੇ ਅਸੀਂ ਸਮੈਦਿਕ ਦੇ ਵਿੱਚ ਹਾਂ, ਗੁਰੂ ਨਾਨਕ ਗੁਰਦੁਆਰਾ ਹਾਈ ਸਟਰੀਟ ਦੇ ਸਾਹਮਣੇ, ਜਿੱਥੇ ਲਾਈਨ ਆਫ ਦੀ ਵਾਰ ਜਿਹੜਾ ਸਟੈਚੂ ਵੀ ਲੱਗਾ ਹੋਇਆ, ਉਹਦੇ ਵੀ ਦਰਸ਼ਨ ਕਰ ਲਓ। ਅਤੇ ਅੱਜ ਗੱਲਬਾਤ ਜਿਹੜੀ ਕਰ ਰਹੇ ਹਾਂ ਉਹ ਹੈਗਾ ਕਿ ਜਿਹੜਾ ਕਿਸਾਨਾਂ ਦਾ ਮੋਰਚਾ, ਉਹਦੇ ਬਾਰੇ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ। ਅਤੇ ਉਹ ਗੱਲ ਜਿਵੇਂ ਸਾਡੇ ਨਾਲ ਜੁੜੇ ਹੋਏ ਨੇ ਇੰਟਰਨੈਸ਼ਨਲ ਪੰਥਕ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਸਪੋਕਸਮੈਨ ਭਾਈ ਕਪਤਾਨ ਸਿੰਘ ਜੀ, ਉਹਨਾਂ ਤੋਂ ਜਾਣਦੇ ਹਾਂ ਉਹ ਕਿਸਾਨਾਂ ਦੇ ਬਾਰੇ ਮੋਰਚੇ ਬਾਰੇ ਕੀ ਕਹਿਣਾ ਚਾਹੁੰਦੇ ਆ, ਜਿਹੜੀਆਂ ਮੰਗਾਂ ਉਹਨਾਂ ਦੀਆਂ ਕੀ ਆ। ਹਾਂਜੀ ਭਾਈ ਕਪਤਾਨ ਸਿੰਘ ਜੀ। ਹਾਂਜੀ, ਸਭ ਤੋਂ ਪਹਿਲਾਂ ਅਰਦਾਸ ਕਪਤਾਨ ਸਿੰਘ ਇੰਟਰਨੈਸ਼ਨਲ ਪੰਥਕ ਦਲ ਵੱਲੋਂ, ਤੁਸੀਂ ਵੇਖ ਰਹੇ ਹੋ ਆਵਾਜ਼ੇ ਕੌਮ ਟੀ ਵੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਕਿਸਾਨਾਂ ਦੀ ਮੰਗਾਂ ਨੇ, ਕਿਸਾਨਾਂ ਦੇ ਖਿਲਾਫ਼ ਜਿਹੜਾ ਹੈ ਉਹ ਭਾਰਤ ਸਰਕਾਰ ਨੇ ਜਿਹੜਾ ਇੱਕ ਬਿੱਲ ਪਾਸ ਕਰ ਦਿੱਤਾ, ਜਿਹਨੂੰ ਕਿਸਾਨ ਡੈਥ ਵਾਰੰਟ ਕਹਿ ਰਿਹਾ ਹੈ, ਜਿਹਨੂੰ ਕਿਸਾਨ ਕਾਲੇ ਪਾਣੀਆਂ ਦੀ ਸਜ਼ਾ ਕਹਿ ਰਿਹਾ ਹੈ, ਜਿਹਨੂੰ ਕਿਸਾਨ ਜਿਹੜਾ ਉਹ ਫਾਂਸੀ ਕਹਿ ਰਿਹਾ ਹੈ। ਕਿਸਾਨ ਕਹਿ ਰਿਹਾ ਜੇ ਇਹ ਬਿੱਲ ਲਾਗੂ ਹੋ ਜਾਂਦਾ ਤਾਂ ਪੰਜਾਬ ਦੀ ਕਿਸਾਨੀ ਔਰ ਪੰਜਾਬ ਦੀ ਆਰਥਿਕਤਾ ਦੇ ਨਾਲ ਨਾਲ ਜਿਹੜੇ ਛੋਟੇ ਛੋਟੇ ਸਹਾਇਕ ਧੰਦੇ ਬਿਜ਼ਨਸ ਨੇ ਉਹ ਵੀ ਜਿਹੜੇ ਉਹ ਖਤਮ ਹੋ ਜਾਣਗੇ। ਉਹਦੇ ਵਾਸਤੇ ਅੱਜ ਸਮੈਦਿਕ ਇੰਗਲੈਂਡ ਦੇ ਵਿੱਚ ਜਿਹੜੀ ਹੈ ਉਹ ਇੱਕ ਬੜੀ ਵੱਡੀ ਰੈਲੀ ਜਿਹੜੀ ਕੀਤੀ ਜਾ ਰਹੀ, ਬੜਾ ਨੌਜਵਾਨ ਵਰਗ ਸਾਰੇ ਵਰਗਾਂ ਦੇ ਜਿਹੜੇ ਲੋਕ ਨੇ, ਖਾਸ ਕਰਕੇ ਪੰਜਾਬ ਦੇ ਵਸ਼ਿੰਦੇ ਸਿੱਖ, ਉਹ ਇੱਥੇ ਜਿਹੜੇ ਉਹ ਪਹੁੰਚੇ ਹੋਏ ਨੇ। ਔਰ ਪੰਜਾਬ ਦੇ ਵਿੱਚ ਵੀ ਵੱਡੇ ਸੰਘਰਸ਼ ਜਿਹੜੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਕੀਤੇ ਜਾ ਰਹੇ ਨੇ। 30 ਸਤੰਬਰ 11 ਵਜੇ ਗੋਲਡਨ ਗੇਟ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਜ ਸਭਾ ਮੈਂਬਰ ਸ਼ਵੇਤ ਮਲਕ ਦਾ ਜਿਹੜੇ ਘਰ ਦਾ ਘਰਾਓ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਬੜੇ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ। ਇਹਦੇ ਨਾਲ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਜਿਹੜਾ ਹੈ ਉਹ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਅਰੰਭਿਆ ਜਾਏਗਾ। ਭਾਵੇਂ ਕੁਝ ਵੀ ਕਰਨਾ ਪਵੇ, ਅਸੀਂ ਕਿਸਾਨਾਂ ਦੀ ਵਿਦੇਸ਼ਾਂ ਤੋਂ ਵੀ ਆਵਾਜ਼ ਬਣਾਂਗੇ, ਅਸੀਂ ਕਿਸਾਨਾਂ ਦਾ ਤਨ ਮਨ ਧਨ ਦੇ ਨਾਲ ਸਾਥ ਦਿਆਂਗੇ, ਕਿਉਂਕਿ ਅਸੀਂ ਕਿਸਾਨਾਂ ਦੇ ਬੱਚੇ ਹਾਂ, ਅਸੀਂ ਕਿਸਾਨੀ ਕੀਤੀ ਆ, ਸਾਡੇ ਪਰਿਵਾਰ ਪਿੱਛੇ ਕਿਸਾਨੀਆਂ ਕਰ ਰਹੇ ਆ, ਪੰਜਾਬ ਦੀ ਆਰਥਿਕਤਾ ਜਿਹੜੀ ਉਹ ਕਿਸਾਨੀ ਦੇ ਉੱਪਰ ਖੜ੍ਹੀ ਆ। ਇਸ ਕਰਕੇ ਅਸੀਂ ਕਿਸਾਨਾਂ ਦਾ ਹਰ ਹਾਲਤ ਦੇ ਵਿੱਚ ਸਾਥ ਦਿਆਂਗੇ। ਆਓ ਤੁਹਾਨੂੰ ਨਾਲ ਨਾਲ ਹੋਰ ਵੀ ਇੱਥੇ ਜਿਹੜੇ ਲੋਕ ਪਹੁੰਚੇ ਨੇ, ਵੱਖ ਵੱਖ ਜਿਹੜੇ ਲੋਕ ਨੇ, ਇੱਥੇ ਨੌਜਵਾਨ ਵਰਗ ਵੀ ਪਹੁੰਚਿਆ ਹੈ, ਇੱਥੇ ਸਿਆਣੀ ਉਮਰ ਦੇ ਸੱਜਣ ਵੀ ਪਹੁੰਚੇ ਨੇ, ਕਿਸਾਨਾਂ ਦੇ ਹਿਤੈਸ਼ੀ ਲੋਕ ਸਾਰੇ ਇੱਥੇ ਪਹੁੰਚੇ ਨੇ। ਇੱਥੋਂ ਜਿਹੜਾ ਇੱਕ ਮਾਰਚ ਹੈ, ਇੱਕ ਰੈਲੀ ਹੈ, ਉਹ ਸ਼ੁਰੂ ਹੋਣੀ ਹੈ, ਤੁਹਾਨੂੰ ਵਿਖਾਉਣ ਦਾ ਯਤਨ ਕਰਾਂਗੇ, ਨਾਲ ਨਾਲ ਸਾਰਿਆਂ ਦੇ ਵਿਚਾਰ ਤੁਹਾਨੂੰ ਦੱਸਾਂਗੇ ਵੀ ਲੋਕ ਜਿਹੜੇ ਨੇ ਉਹ ਪੰਜਾਬ ਦੀ ਕਿਸਾਨੀ ਬਾਰੇ ਜਿਹੜਾ ਉਹ ਕੀ ਸੋਚਦੇ ਨੇ, ਜਾਂ ਉਹਨਾਂ ਦਾ ਕੀ ਕਹਿਣਾ ਹੈ, ਜੋ ਆਪਣਾ ਸੰਘਰਸ਼ ਜਿਹੜਾ ਹੈ ਉਹ ਤਿੱਖਾ ਕੀਤਾ ਹੋਇਆ ਹੈ। ਸੋ ਅਸੀਂ ਨਾਲ ਨਾਲ ਤੁਹਾਨੂੰ ਜਿਹੜਾ ਹੈ ਉਹ ਸਾਰਾ ਕੁਛ ਜਿਹੜੀ ਜ਼ਮੀਨੀ ਹਕੀਕਤ ਹੈ ਇੱਥੋਂ ਦੀ, ਉਹਦੇ 'ਤੇ ਤੁਹਾਨੂੰ ਅਸੀਂ ਵਿਖਾਉਣ ਦਾ ਜਿਹੜਾ ਉਹ ਯਤਨ ਕਰਾਂਗੇ, ਕਿਉਂਕਿ ਅੱਜ ਜਿਹੜੇ ਨੇ ਉਹ ਬਹੁਤ ਨੌਜਵਾਨ ਵੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ, ਵੱਖ ਵੱਖ ਥਾਂ ਦੇ ਵਿੱਚ ਜਿਵੇਂ ਬੈਨਰ ਫੜੇ ਨੇ, ਰੋਸ ਦੇ ਬੈਨਰ ਫੜੇ ਨੇ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਬੈਨਰ ਫੜੇ ਨੇ। ਇਹ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਟੀ ਵੀ 'ਤੇ ਸੰਗਤਾਂ ਤੁਹਾਨੂੰ ਵੇਖ ਰਹੀਆਂ ਨੇ, ਅੱਜ ਤੁਸੀਂ ਇੱਥੇ ਸਮੈਦਿਕ ਹਾਈ ਸਟਰੀਟ ਦੇ ਉੱਪਰ ਇਕੱਠੇ ਹੋਏ ਹੋ, ਆਏ ਹੋ, ਕਾਹਦੇ ਵਾਸਤੇ ਆਏ ਹੋ, ਕੀ ਕਾਰਨ ਆ ਤੁਹਾਨੂੰ ਇਸ ਵੇਲੇ ਸ਼ਾਮਾਂ ਨੂੰ ਆਪਣੇ ਕੰਮਾਂ ਕਾਰਾਂ ਤੋਂ ਆਣ ਕੇ ਅਤੇ ਇੱਥੇ ਵੱਡੀ ਗਿਣਤੀ 'ਚ ਇਕੱਠੇ ਹੋਣ ਦੀ? ਭਾਅ ਜੀ, ਇਹ ਜੋ ਪੰਜਾਬ ਆਪਣੇ ਭਾਰਤ ਵਿੱਚ ਪੰਜਾਬ ਵਿੱਚ ਜੋ ਵੀ ਬਿੱਲ ਪਾਸ ਹੋਇਆ ਹੈ ਜ਼ਮੀਨਾਂ ਲਈ, ਇਹ ਆਪਾਂ ਉਹਦੇ ਲਈ ਰੋਸ ਮੁਜ਼ਾਹਰਾ ਕਰਨ ਲਈ ਸਾਰੇ ਇੱਥੇ ਇਕੱਠੇ ਹੋਏ ਹਾਂ, ਕਿਉਂਕਿ ਇਹ ਜੋ ਵੀ ਬਿੱਲ ਪਾਸ ਹੋਇਆ ਇਹ ਆਪਣੇ ਕਿਸਾਨਾਂ ਲਈ ਚੰਗੀ ਗੱਲ ਨਹੀਂ ਹੈਗੀ, ਜੋ ਆਪਾਂ ਸੁਣਦੇ ਹਾਂ ਟੀ ਵੀ 'ਤੇ ਦੇਖਦੇ ਹਾਂ, ਤਾਂ ਇਸ ਕਰਕੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਹਾਂ। ਧੰਨਵਾਦ ਜੀ। ਜੋ ਬਿੱਲ ਪਾਸ ਹੋਏ ਨੇ ਉਹਦੇ ਵਾਸਤੇ ਕਹਿੰਦੇ ਸਾਰੇ ਅਸੀਂ ਇਕੱਠੇ ਹੋਏ ਨੇ, ਉੱਥੇ ਨਾਲ ਹੋਰ ਵੀ ਜਿਵੇਂ ਕਿਸਾਨੀ ਨਾਲ ਜੁੜੇ ਲੋਕ ਨੇ ਉੱਥੇ ਨਾਲ, ਕਬੱਡੀ ਜਗਤ ਦੇ ਵਿੱਚ ਜਿਨ੍ਹਾਂ ਨੇ ਬੜਾ ਨਾਮ ਨਾ ਖੱਟਿਆ, ਮੇਰੇ ਨਾਲ ਨੇ ਭਾਈ ਬਹਾਦਰ ਸਿੰਘ ਜੀ ਹੋਣੀ, ਉਹਨਾਂ ਦੇ ਨਾਲ ਨੇ ਸ਼ੀਰਾ ਭਾਅ ਜੀ ਹੋਣੀ, ਸ਼ੀਰਾ ਔਲਖ ਕਰਕੇ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ, ਅਤੇ ਅਸੀਂ ਇਹਨਾਂ ਕੋਲੋਂ ਵੀ ਵਿਚਾਰ ਜਿਹੜੇ ਸਰਵਣ ਕਰਾਂਗੇ। ਭਾਈ ਬਹਾਦਰ ਸਿੰਘ ਜੀ, ਥੋੜ੍ਹਾ ਜਿਹਾ ਅੱਗੇ ਆ ਜਾਓ। ਅਤੇ ਅੱਜ ਆਪਾਂ ਇੱਥੇ ਸਮੈਦਿਕ ਹਾਈ ਸਟਰੀਟ 'ਤੇ ਇਕੱਠੇ ਹੋਏ ਹਾਂ, ਅਤੇ ਕੀ ਕਾਰਨ ਸਾਡਾ ਇੱਥੇ ਆਉਣ ਦਾ, ਸਾਨੂੰ ਆ ਰੋਸ ਦੇ ਬੈਨਰ ਫੜ ਕੇ ਅਤੇ ਇੱਥੇ ਕਿਉਂ ਆਉਣਾ ਪਿਆ? ਦੇਖੋ ਜੀ, ਜਿਹੜਾ ਇੰਡੀਆ ਦੇ ਵਿੱਚ ਮੋਦੀ ਸਰਕਾਰ ਨੇ ਬਿੱਲ ਲਿਆਂਦਾ ਕਿਸਾਨਾਂ ਨੂੰ ਕਿਸਾਨ ਮਾਰੂ ਨੀਤੀਆਂ ਦੇ, ਉਹਦੀ ਵਿਰੋਧਤਾ ਵਾਸਤੇ ਆਪਣੇ ਕਿਸਾਨ ਭਰਾਵਾਂ ਦੇ, ਇੰਡੀਆ ਦੇ ਜਿੰਨੇ ਵੀ ਸਾਡੇ ਕਿਸਾਨ ਮਜ਼ਦੂਰ ਹੈ, ਉਹਨਾਂ ਦੇ ਨਾਲ ਸੱਚੇ ਦਿਲੋਂ ਖੜ੍ਹਨ ਦੇ ਲਈ, ਅਸੀਂ ਉਹਨਾਂ ਨੂੰ ਦੱਸਣ ਦੇ ਲਈ ਕਿ ਜਿਹੜੇ NRI ਭਰਾ ਆ ਉਹ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਆ, ਤਾਂ ਅਸੀਂ ਉਹਦੀ ਵਿਰੋਧਤਾ ਲਈ ਅੱਜ ਸਾਰੇ ਇੱਥੇ ਇਕੱਤਰ ਹੋਏ ਹਾਂ। ਭਾਈ ਬਹਾਦਰ ਸਿੰਘ ਜੀ, ਬਿੱਲ ਜਿਹੜਾ ਉਹ ਪਾਸ ਹੋ ਗਿਆ, ਪੰਜਾਬ ਦੇ ਵਿੱਚ ਕਿਸਾਨ ਜਿਹੜੇ ਉਹ ਸੰਘਰਸ਼ ਕਰ ਰਹੇ ਨੇ,
ਤੇ ਤੁਸੀਂ ਆਪਾਂ ਅੱਜ ਇੱਥੇ ਇਕੱਠੇ ਹੋਏ ਆ ਜੇ ਇਹ ਬਿੱਲ ਵਾਪਸ ਨਹੀਂ ਲਿਆ ਜਾਂਦਾ ਤੇ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਸੰਘਰਸ਼ ਵੀ ਆਪਾਂ ਇੰਗਲੈਂਡ ਤੋਂ ਇਕੱਠੇ ਹੋ ਕੇ ਕਰਾਂਗੇ ਕਿ ਜਾਂ ਜੇ ਉਹ ਬਿੱਲ ਪਾਸ ਹੋ ਜਾਂਦਾ ਤੇ ਆਪਾਂ ਜਿਹੜਾ 2-4 ਵਾਰੀ ਕਰਕੇ ਬੈਠ ਜਾਾਂਗੇ ਦੇਖੋ ਜੀ ਬਿੱਲ ਤਾਂ ਆਲਰੇਡੀ ਪਾਸ ਹੋ ਚੁੱਕਾ ਜੀ ਰਾਸ਼ਟਰਪਤੀ ਦੀ ਮੋਹਰ ਵੀ ਲੱਗ ਚੁੱਕੀ ਆ ਜੀ ਤਕਰੀਬਨ ਦੇਖੋ ਫਿਰ ਵੀ ਜਿਹੜਾ ਕਿਸਾਨ ਆਪਣੇ ਆਪਣੀਆਂ ਬੀਬੀਆਂ ਭੈਣਾਂ ਨੌਜਵਾਨ ਸਾਰੇ ਇੰਡੀਆ ਪੂਰਾ ਪੰਜਾਬ ਜਿਹੜਾ ਸੜਕਾਂ ਤੇ ਆਇਆ ਉਹ ਉਹਦੀ ਵਿਰੋਧਤਾ ਲੈ ਆਇਆ ਕਿ ਜੇ ਆਪਣੇ ਪਰਿਵਾਰ ਪਿੱਛੇ ਬੀਬੀਆਂ ਭੈਣਾਂ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਛੱਡ ਕੇ ਦਿਨ ਰਾਤ ਇੱਕ ਕਰਕੇ ਰੇਲਵੇ ਟਰੈਕਾਂ ਤੇ ਬੈਠੇ ਆ ਸੜਕਾਂ ਤੇ ਬੈਠੇ ਆ ਤੇ ਆਪਾਂ ਨੂੰ ਕਿਉਂ ਨਹੀਂ ਬਾਹਰ ਆਉਣਾ ਚਾਹੀਦਾ ਕਿਉਂ ਨਹੀਂ ਇਹਦੀ ਵਿਰੋਧਤਾ ਕਰਨੀ ਚਾਹੀਦੀ ਜ਼ਰੂਰ ਡਟ ਕੇ ਵਿਰੋਧਤਾ ਕਰਨੀ ਚਾਹੀਦੀ ਆ ਇਸੇ ਤਰ੍ਹਾਂ ਕੰਟੀਨਿਊਸ ਕਰਨੀ ਚਾਹੀਦੀ ਆ ਜਦ ਤੱਕ ਇਹ ਬਿੱਲ ਜਿਹੜਾ ਆ ਵਾਪਸ ਨਹੀਂ ਲਿਆ ਜਾਂਦਾ ਵਾਪਸ ਲੈਣ ਜਾਂ ਇਹਦੀ ਕੋਈ ਹੋਰ ਲੱਭਣ ਹੱਲ ਇਹਦਾ ਤੇ ਜ਼ਰੂਰ ਇਹਦੇ ਲਈ ਜਿਹੜੀ ਕਿਸਾਨ ਮਾਰੂ ਨੀਤੀ ਆ ਇਹਦੀ ਵਿਰੋਧਤਾ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਮੈਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿਸਾਨ ਭਰਾਓ ਹੌਸਲਾ ਰੱਖਿਓ ਵਿਦੇਸ਼ਾਂ ਦਾ ਜਿਹੜਾ ਸਿੱਖ ਆ ਵਿਦੇਸ਼ਾਂ ਦਾ ਜਿਹੜਾ ਨੁਮਾਇੰਦਾ ਵਾ ਉਹ ਤੁਹਾਡੇ ਹੱਕ ਵਾਸਤੇ ਖਲੋਤਾ ਵਾ ਤੁਹਾਡੀ ਹਰ ਤਰੀਕੇ ਨਾਲ ਮਦਦ ਕਰੂਗਾ ਨਾਲ ਨਾਲ ਮੈਂ ਇੱਕ ਬੇਨਤੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਕਿਸਾਨ ਭਰਾਵਾਂ ਨੂੰ ਹਰ ਮੀਡੀਆ 'ਤੇ ਕਰਦਾ NRI ਵੀਰ ਤੁਹਾਡੀ ਆਵਾਜ਼ ਜੇ ਇਹਨਾਂ ਦੀਆਂ ਜ਼ਮੀਨਾਂ ਨੂੰ ਨਾ ਦੱਬਿਓ ਇਹਨਾਂ ਦੇ ਪਲਾਟਾਂ ਨੂੰ ਨਾ ਦੱਬਿਓ ਇਹਨਾਂ ਦੀਆਂ ਕੋਠੀਆਂ ਦੇ ਕਬਜ਼ੇ ਨਾ ਕਰਿਓ ਤਾਂ ਕਿ ਇਸੇ ਤਰ੍ਹਾਂ ਤੁਹਾਡੀ ਆਵਾਜ਼ ਬਣਦੇ ਰਹਿਣ ਮੇਰੇ ਨਾਲ ਨੇ ਸ਼ੀਰਾ ਔਲਖ ਜੀ ਜਿਹੜੇ ਕਬੱਡੀ ਜਗਤ ਦੇ ਵਿੱਚ ਵੀ ਜਾਣੇ ਪਛਾਣੇ ਨੇ ਔਰ ਇੰਗਲੈਂਡ ਦੀ ਰਾਜਨੀਤੀ ਦੇ ਵਿੱਚ ਵੀ ਇਹ ਕਾਫੀ ਜਿਹੜਾ ਹੈ ਉਹਦੇ ਤੇ ਜਾਣਕਾਰੀ ਪਕੜ ਰੱਖਦੇ ਨੇ ਸ਼ੀਰਾ ਔਲਖ ਜੀ ਅੱਜ ਆਪਾਂ ਸਮੈਦਕ ਹਾਈ ਸਟਰੀਟ ਇੱਥੇ ਜਿਹੜੇ ਖੜੇ ਆ ਇੱਥੋਂ ਰੋਸ ਰੈਲੀ ਜਿਹੜੀ ਉਹ ਹੋਣੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਅੱਜ ਜੋ ਸਾਡੇ ਮੋਦੀ ਸਰਕਾਰ ਨੇ ਇੱਕ ਕਿਸਾਨ ਮਾਰੂ ਬਿੱਲ ਲੈ ਕੇ ਆਂਦਾ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਸਾਰੇ ਇੱਥੇ ਸਮੈਦਕ ਹਾਈ ਸਟਰੀਟ ਤੇ ਇਕੱਠੇ ਹੋਏ ਆ ਜਿੰਨੇ ਵੀ ਸਾਡੇ NRI ਵੀਰ ਆ ਉਹ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਸ ਜਿਹੜੇ ਆਪਣੇ ਮੋਰਚੇ ਦੇ ਵਿੱਚ ਤੁਸੀਂ ਹਮਵਾ ਕੇ ਹਿੱਸਾ ਲਵੋ ਕਿਉਂਕਿ ਸਾਡੇ ਭੈਣ ਭਰਾ ਉੱਥੇ ਸਾਡੀਆਂ ਭੈਣਾਂ ਜਾ ਕੇ ਉੱਥੇ ਰੇਲਵੇ ਟਰੈਕਾਂ ਤੇ ਬੈਠੀਆਂ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਉਹਨਾਂ ਦੇ ਨਾਲ ਆ NRI ਵੀਰ ਸਾਰੇ ਉਹਨਾਂ ਦੇ ਨਾਲ ਆ ਸਾਡੇ ਕਿਸਾਨਾਂ ਦੇ ਨਾਲ ਕਿਉਂਕਿ ਜਿਹੜਾ ਇਹ ਕਿਸਾਨ ਮਾਰੂ ਬਿੱਲ ਆ ਇਹ ਸਾਰੇ ਆਪਣੇ ਪੰਜਾਬ ਵਾਸਤੇ ਬਹੁਤ ਮਾੜਾ ਸਾਰੇ ਇੰਡੀਆ ਵਾਸਤੇ ਜਿਹੜੇ ਕਿਸਾਨ ਆ ਉਹਨਾਂ ਲਈ ਮਾੜਾ ਦੇਖੋ ਇੱਕ ਮਜ਼ਦੂਰ ਆ ਉਹਦੀ ਮਜ਼ਦੂਰੀ ਉਹ ਵੀ ਮਰ ਗਿਆ ਇੱਕ ਜਿਹੜਾ ਆੜ੍ਹਤੀ ਆ ਉਹਦੇ ਨਾਲ ਜੁੜਿਆ ਸਾਡੇ ਆੜ੍ਹਤ ਦੀ ਤਾਂ ਜ਼ਿਮੀਂਦਾਰ ਦੀ ਇੰਨੀ ਸਾਂਝ ਸੀਗੀ ਉਹ ਵੀ ਜਾਂਦੀ ਲੱਗੀ ਕਿਉਂਕਿ ਜਦੋਂ ਸਾਡੀ ਕੋਈ ਕੀਮਤ ਹੀ ਆ ਨਹੀਂ ਬਾਹਰੋਂ ਵਪਾਰੀ ਨੇ ਆਣ ਕੇ ਸਾਨੂੰ ਸਾਡੀ ਫਸਲ ਦੀ ਕੀਮਤ ਲਾਉਣੀ ਆ ਭਾਵੇਂ ਉਹ 2 ਰੁਪਈਏ ਲਾਵੇ ਭਾਵੇਂ 4 ਰੁਪਈਏ ਲਾਵੇ ਅਸੀਂ ਕੁਛ ਨਹੀਂ ਕਰ ਸਕਦੇ ਕਿਤੇ ਕੰਪਲੇਂਟ ਨਹੀਂ ਉਹਦੀ ਹੋ ਸਕਦੀ ਇੱਕ ਸਿਰਫ DC ਦੇ ਜਾਂ SDM ਦੇ ਤੁਸੀਂ ਕੰਪਲੇਂਟ ਕਰ ਸਕਦੇ ਹਾਂ ਉਸ ਤੋਂ ਬਾਅਦ ਕੁਛ ਨਹੀਂ ਨਾ ਕਿਸੇ ਕੋਰਟ 'ਚ ਲਿਜਾ ਸਕਦੇ ਹਾਂ ਇਸ ਕਰਕੇ ਅਸੀਂ ਦੱਸਣਾ ਚਾਹੁੰਦੇ ਹਾਂ ਮੋਦੀ ਸਰਕਾਰ ਨੂੰ ਕਿ ਇਹ ਕਿਸਾਨ ਮਾਰੂ ਨੀਤੀ ਜਿਹੜੀ ਆ ਇਹਦਾ ਬਿੱਲ ਜਿਹੜਾ ਵਾਪਸ ਕੀਤਾ ਜਾਵੇ ਜਾਂ ਇਹਦੇ ਵਿੱਚ ਕੋਈ ਸੋਧ ਕੀਤੀ ਜਾਵੇ ਜਿਹੜਾ ਕਿ ਕਿਸਾਨ ਨੂੰ ਸੌਖਾ ਸਹਾ ਆ ਸਕੇ ਸ਼ੀਰਾ ਔਲਖ ਜੀ ਇੱਕ ਮੈਂ ਸਵਾਲ ਆਪ ਜੀ ਨੂੰ ਕਰਨਾ ਚਾਹੁੰਦਾ ਕਿਉਂਕਿ ਭਾਰਤ ਵੀ ਬਹੁਤ ਵੱਡੀ ਡੈਮੋਕ੍ਰੇਸੀ ਦਾ ਢਿੰਡੋਰਾ ਪਿੱਟਦਾ ਇੰਗਲੈਂਡ ਦੇ ਵਿੱਚ ਵੀ ਡੈਮੋਕ੍ਰੇਸੀ ਦੀ ਗੱਲ ਕੀਤੀ ਜਾਂਦੀ ਆ ਤੁਸੀਂ ਰਾਜਨੀਤਿਕ ਤੌਰ 'ਤੇ ਵੀ ਜਿਹੜੀ ਉਹ ਪਕੜ ਰੱਖਦੇ ਹੋ ਇੱਥੇ ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜੇ ਜਿਹੜੇ ਕੰਟਰੀ ਦੇ ਲੋਕ ਇੰਨੇ ਬਗਾਵਤ ਕਰਨ ਵੀ ਆਹ ਚੀਜ਼ ਸਾਨੂੰ ਮਨਜ਼ੂਰ ਨਹੀਂ ਕਿ ਇਹਨਾਂ ਕੰਟਰੀਆਂ ਦੇ ਵਿੱਚ ਵੀ ਧੱਕੇ ਨਾਲ ਬਿੱਲ ਪਾਸ ਹੋ ਜਾਂਦੇ ਆ ਕਿ ਨਹੀਂ ਨਹੀਂ ਦੇਖੋ ਜੀ ਇੱਥੇ ਤਾਂ ਜਿੱਦਾਂ ਇਹ ਆਪਣੇ ਸਿਰਫ ਇੱਕ ਇੰਡੀਆ ਦੇ ਵਿੱਚ ਹੀ ਆ ਇਹ ਜਿਹੜੀ ਇੰਡੀਆ ਦੇ ਵਿੱਚ ਸਰਕਾਰ ਆਈ ਹੈ ਮੇਰੇ ਖਿਆਲ ਵੀ ਇੰਡੀਆ ਦੇ ਵਿੱਚ ਵੀ ਇਹ ਪਹਿਲੀ ਵਾਰੀ ਇੱਦਾਂ ਦਾ ਧੱਕਾ ਹੋਇਆ ਹੋਣਾ ਨਹੀਂ ਤਾਂ ਜਦੋਂ ਤੋਂ 1947 ਤੋਂ ਸਰਕਾਰਾਂ ਬਣੀਆਂ ਆਈਆਂ ਉਹਨਾਂ ਨੇ ਵੀ ਇੰਨਾ ਧੱਕਾ ਨਹੀਂ ਕੀਤਾ ਜਿਸ ਜਿਹੜਾ ਇਹ ਸਰਕਾਰ ਨੇ ਦੇਖੋ ਜਿੰਨੀਆਂ ਨਿੱਕੀਆਂ ਸ਼੍ਰੇਣੀਆਂ ਸੀਗੀਆਂ ਨਿੱਕੀਆਂ ਆਪਾਂ ਕਹਿ ਲਈਏ ਵੀ ਘੱਟ ਗਿਣਤੀ ਵਾਲੀਆਂ ਜਿਹੜੀਆਂ ਕੌਮਾਂ ਸੀਗੀਆਂ ਇਹਨਾਂ ਨੂੰ ਇਕੱਲੇ ਨੂੰ ਕਰਕੇ ਇਹਨਾਂ ਨੇ ਨਿਚੋੜਿਆ ਪਹਿਲਾਂ ਕਸ਼ਮੀਰ 'ਚ ਕੀਤਾ ਹੁਣ ਪੰਜਾਬ 'ਚ ਆ ਗਿਆ ਇਹਨਾਂ ਨੂੰ ਪਤਾ ਨਹੀਂ ਅਜੇ ਕੀ ਕੁਛ ਕਰਨਾ ਇਸ ਕਰਕੇ ਕਿ ਨਾ ਇਹ ਜਿਹੜੀ ਸਰਕਾਰ ਆ ਇਹ ਇੱਕ ਬਹੁਤ ਹੀ ਮੈਂ ਕਹੂੰਗਾ ਵੀ ਜਿੱਦਾਂ ਮਾੜੀ ਸਰਕਾਰ ਆਈ ਸਾਡੀ ਕੰਟਰੀ ਨੂੰ ਇੱਕ ਬਹੁਤ ਹੀ ਮਾੜਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਆਇਆ ਉਹਨੇ ਸਾਡੇ ਜਿਹੜਾ ਇੰਡੀਆ ਨੂੰ ਕਿੱਥੇ ਮਨਮੋਹਨ ਸਿੰਘ ਜੀ ਜਿੱਦਣ ਪ੍ਰਧਾਨ ਮੰਤਰੀ ਸਾਡੀ ਇਕੋਨਮੀ ਦੇਖੋ ਕਿੱਥੇ ਸੀਗੀ ਅੱਜ ਇਕੋਨਮੀ ਸਾਡੀ ਕਿੱਥੇ ਚਲੇ ਗਈ ਆ ਅੱਜ ਕਰੋਨਾ ਦਾ ਇੱਥੇ ਕਹਿਰ ਬਖਸ਼ਿਆ ਇੱਥੇ ਦੇਖ ਲਓ ਗੌਰਮੈਂਟ ਨੇ ਕਿਸੇ ਨੂੰ ਭੁੱਖਾ ਨਹੀਂ ਮੰਨ ਦਿੱਤਾ ਇੱਥੇ ਦੀਆਂ ਗੌਰਮੈਂਟਾਂ ਦਾ ਉੱਥੇ ਗੌਰਮੈਂਟ ਦਾ ਬਹੁਤ ਫਰਕ ਆ ਇੱਥੇ ਦੀ ਗੌਰਮੈਂਟ ਜਿਹੜੀ ਆ ਉਹ ਪਬਲਿਕ ਦਾ ਦੇਖਦੀ ਆ ਪਬਲਿਕ ਨੂੰ ਕਿੱਦਾਂ ਸੌਖਾ ਇੱਥੇ ਫਾਰਮਰ ਆ ਉਹਨੂੰ ਸਬਸਿਡੀ ਮਿਲਦੀ ਹਰੇਕ ਚੀਜ਼ 'ਤੇ ਜੇ ਉਹਦੀ ਫਸਲ ਮਰਦੀ ਆ ਉਹਨੂੰ ਉਨੇ ਪੈਸੇ ਮਿਲਦੇ ਜਿੰਨੀ ਉਹਦੀ ਫਸਲ ਨਿਕਲਦੀ ਆ ਸਾਡੇ ਕੀ ਆ ਸਾਡੇ ਤਾਂ ਉੱਥੇ ਪਟਵਾਰੀ ਆ ਉਹ ਮਿਣ ਕੇ ਲੈ ਜਾਂਦੇ ਆ 4-4 ਸਾਲ ਮੁੜ ਕੇ 6-6 ਮਹੀਨੇ ਉਹਨੂੰ ਪੁੱਛਦੇ ਨਹੀਂ ਕੋਈ ਵੀ ਆਣ ਕੇ ਜ਼ਿਮੀਂਦਾਰ ਦੀ ਫਸਲ ਖਰਾਬ ਹੋ ਜਾਵੇ ਚਾਹੇ ਜੋ ਮਰ ਜਾਵੇ ਜ਼ਿਮੀਂਦਾਰ ਕੋਲੋਂ ਹੀ ਪਾਉਂਦਾ ਧੰਨਵਾਦ ਜੀ ਇਹ ਸਨ ਸ਼ੀਰਾ ਔਲਖ ਜੀ ਬੁਲਵਰਾਪਟਨ ਤੋਂ ਕਹਿੰਦੇ ਇੱਥੇ ਕਿਸਾਨਾਂ ਨੂੰ ਸਬਸਿਡੀ ਮਿਲਦੀ ਆ ਅਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਕਿਸਾਨਾਂ ਦੀ ਸਬਸਿਡੀ ਆ ਉਹ ਜਿਹੜੀ ਭਾਰਤ ਸਰਕਾਰ ਆਪਣੇ ਗਲੋਂ ਇਹ ਚੀਜ਼ਾਂ ਲਾਉਣੀਆਂ ਚਾਹੁੰਦੀ ਆ ਜਦੋਂ ਕਿਤੇ ਹੜ੍ਹ ਆ ਜਾਂਦੇ ਨੇ ਜਾਂ ਫਸਲਾਂ ਖਰਾਬ ਹੁੰਦੀਆਂ ਭਾਰਤ ਦੀ ਸਰਕਾਰ ਨੂੰ ਕੁਛ ਨਾ ਕੁਛ ਦੇਣਾ ਪੈਂਦਾ ਉਹ ਨਿੱਜੀਕਰਨ ਕਰਕੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੀ ਆ ਜਾਂ ਆਪਣੇ ਆਪ ਨੂੰ ਸਾਈਡ 'ਤੇ ਕੱਢਣਾ ਚਾਹੁੰਦੀ ਆ ਤਾਂ ਕਿ ਉਹਨਾਂ ਨੂੰ ਕੁਛ ਜਿਹੜਾ ਹੈ ਉਹ ਨਾ ਕਰਨਾ ਪਵੇ ਉਹ ਜਿਹੜਾ ਪ੍ਰਾਈਵੇਟ ਸਾਰਾ ਕੁਛ ਕਰ ਦੇਣ ਅਤੇ ਉਹਦੇ ਨਾਲ ਨਾਲ ਜਿਹੜਾ ਹੈ
असी वेखांगे वेखो वड्डी गिणती दे विच लोग शामिल होना। इत्थे बीबियां वी जिहड़ियां ने ओह कार दे विच बैठियां ने और किसान मजदूर एकता जिंदाबाद जिहड़ा गड्डी ते लिखिया आया जिथे साडे वीर आए ने उत्थे साडियां जिहड़ियां भैणां ने इह वी आईयां ने। तो इन्हों भी मैं एक मिनट वास्ते जो पुछना चाहवागा भी अज हैलो जी, हाँ जी, सत श्री अकाल जी। अज जिहड़ा है समैदकहा स्ट्रीट के उपर आप कट्ठे होए हाँ, तुसी किसान मजूर एकता जिंदाबाद का नारा भी गाड़ी जिहड़ा दिता होया, तो अपना नाम दसो तो अज असी कादे वास्ते इत्थे आए हैं। जी असी एक्चुअली कई टीवी तो आए हाँ एंड असी कैमरामैन ड्राइव करना, बट ओबियसली किसानों दी धियां हो के जिन्ना सारियां नूं पंजाब दे विच दुख आ उन्ना ही सानूं भी इस वेले दुख आ। पंजाब दियां धियां जिन्ना पंजाब दे लोकां नूं दुख आ उन्ना ही सानूं जिहड़ा उह दुख आ। वाकई बिल्कुल विदेशां दा सिख जिहड़ा उह पंजाब दे दुख नूं हिरदे अंदर जिहड़ा है महसूस कर रहा है, वह अपने आप ते हंडा के जिहड़ा उह वेख रहा है। जिहड़ा बिल पास हो चुका भावें, पर जे किसान इसे तरह संघर्ष करनगे जथेबंदियां सारियां इकट्ठियां हो जाण, 31 जथेबंदियां ने जिहड़ियां भारत दे विच नहीं पंजाब दे विच किसान जथेबंदियां ने, किसान जिहड़ियां यूनियनां ने, इस करके उन्होंने बेनती है वह जूनियन इकट्ठिया होकर अपना एक सांझा फ्रंट जिहड़ा वह तैयार करन और उहदे नाल नाल की करना चाहिए, उन्होंने एक वफद कढ़ना चाहिए जिहड़ा सरकार आना जां आर्डिनेंस करे। उत्थे अज दा जिहड़ा ये सारी रैली आ उहनू बहुत तरीके नाल आर्गनाइज किया वा वीर खंडा जी होणा ने, अवतार सिंह जी खंडा, जिन्हां नूं तुसीं वख-वख मीडिया ते वेखदे रहिंदे हो। भाई अवतार सिंह जी, अज शाम दा समां ते कमाकारां तों थके आण के जिहड़े लोक ने अपने घरां दे विच आराम करदे ने, मेरा ख्याल आ भी 7:30 तों उत्ते दा टाइम जिहड़ा हो गया, अज सानू हवा चल रही आ, मौसम भी ठंडा जिहड़ा हो रहा, अज सानू इंग्लैंड दीआं सड़कां ते आउण दी क्यों लोड़ पै गई? सब तो पहलां जी प्यार भरी सत श्री अकाल, वाहिगुरू जी का खालसा वाहिगुरू जी की फतह। साडे पंजाब दे विच ना जी, क्योंकि सानू ये कोई सारे जानते ही ने, सारिआं नूं पता ही है कि भी जो दिल्ली पंजाब दे नाल मतरिया सलूक कर रही है तो उस सलूक दे विच कई सालों तो, क्योंकि वह इस चीज़ नूं लैके आना चाहते जिहड़ी संत जरनैल सिंह उन्होंने 84 तो पहला कहती सी, वो ये व्योतबंदी कर रहे थे। हुण जदों उन्हां दी ठुक बन गई है, पहला उन्होंने कश्मीर वाला आपदी मनमर्जी वाला मसला किया, फिर नागरिकता सोध बिल करता, तो हुण आह आपदी मनमर्जी वाला ठुकता, पर वह भुल गए कि जिहड़ा पंजाब है ना, पंजाब का डिग्या पिया जदों ऐन बाबा गरजा सिंह बूटा सिंह जदों कहिंदे सीगे वी सिख जिहड़े ने उह मुक गए ने, उह उदों उठे ने, ते इस सरकार दा जिहड़ा हंकार है जिहड़ा हिंदू राष्ट्र बनाउण दी ताक दे विच फिरदे ने, उहनां दा मूंह जिहड़े साडे किसान भरा भन्नणगे। जे किसान भरावां दी गल करिए तां मजोरिटी साडी सिख परिवारां दे विच है, गुरु नानक महाराज ने, गुरु नानक महाराज ने जिहड़ियां सानूं गल्लां कहियां सी उहदे उत्ते उह खड़े ने। जे उन्होंने किरत की गल की है, दसवें जामे दे विच आ के उन्होंने खालसा प्रगट किया परमात्मा की मौज दे नाल, इह हक लैण लई बने सी। अज सानू इह सोचना चाहिए जदों असीं गल करदे आ ना भगत सिंह की सोच ते पहरा देंगे ठोक के, भगत सिंह उन्हां दी कुरबानी है, पर साडा नारा यह होना चाहिए कि बाबा बंदा सिंह बहादुर की सोच ते पहरा देंगे ठोक के। जदों उस समय इस तरह ही सरकारां दे नाल मिलके जिहड़ियां प्राइवेट कंपनियां सी कारपोरेट सी उस समय मुगलिया हुकूमत दे नाल रल के उन्होंने किसानों दे जमीना इसे तरह नपलियां सी, ते बाबा बंदा सिंह जी बहादुर ते उन्हां दे साथियों ने वो जमीना छड़वाईयां सी, ते अज उन्हां दी सोच है जिहड़ी उही इत्थे चल सकदी है, पंजाब दी धरती संत जरनैल सिंह उन्हां दी सोच चल सकदी है। ते असीं जिहड़ा अज ये कर रहे हैं तो इहदे इक रैली कढ़ी जा रही है छोटी जी ही, जिहदे विच मोटरसाइकिल ने, ट्रैक्टर ने, लंडियां जीपां ने, कारां ने। इहदा इह है कि भी साडे किसान भरावां नूं इह होवे कि भी इत्थों यूके की धरती तों जिवें अगे आवाज़ उठती रही है भी उहनां दे नाल है, आउण वाले समें दे विच असीं साडे किसान भरावां दे नाल राबता करांगे। जिहड़ा पाकिस्तान कोरीडोर खुल्ला उह कहिंदा साडे नाल सिद्धा तुसीं आ के लैण देण दा संबंध करो जदों मर्जी, चाइना वह तैयार है सिखां दे नाल संधि करन नूं, उहनां दा पिछे जी जदों नवंबर दे महीने श्री अकाल तख्त साहिब नूं आ के नमस्तक होया, उहनां दा मेन जिहड़े सीगे ते जिहड़े अपने हाई कमिश्नर सीगे उहनां दे, असीं जिहड़ियां साडियां पुरानियां रवायतां वह जागरूक सानूं दुबारा जगाउणियां पैणियां। महाराजा रणजीत सिंह दे राजकाल विच फ्रांस वाले साडे सिखां नाल बहुत वधिया सी, महाराजा दलीप सिंह नाल आयरलैंड वालियां दीआं गल्लां बातां हुंदियां रहियां ने, साडे सिख राज नाल ने। असीं आउण वाले समें दे विच श्री अकाल तख्त साहिब नूं सन्मुख हो के असीं आपदी सुप्रीम पावर यूज़ करके
ਅਸੀਂ ਉਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਆਇਰਲੈਂਡ ਦੀਆਂ ਹੋਣ ਜਾਂ ਫਰਾਂਸ ਦੀਆਂ ਹੋਣ ਜਾਂ ਚਾਈਨਾ ਵਾਲੇ ਹੋਣ ਜਾਂ ਪਾਕਿਸਤਾਨ ਵਾਲੇ ਹੋਣ, ਇੰਟਰਨੈਸ਼ਨਲ ਤਰੀਕੇ ਦੇ ਨਾਲ ਜਿਵੇਂ ਵਿਉਂਤਬੰਦੀ ਬਣੂਗੀ ਗੱਲਬਾਤ ਕਰਕੇ ਐਮ ਪੀਆਂ ਰਾਹੀਂ ਕਿਸੇ ਤਰ੍ਹਾਂ, ਅਸੀਂ ਆਪਣੇ ਕਿਸਾਨਾਂ ਦੇ ਲਈ ਕੁਛ ਨਾ ਕੁਛ ਇਹੋ ਜਿਹਾ ਤਾਂ ਜ਼ਰੂਰ ਕਰਾਂਗੇ ਬਈ ਉਹ ਜੇ ਪੰਜਾਬ ਦੀ ਧਰਤੀ 'ਤੇ ਉਹਨਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਤਾਂ ਇੱਧਰੋਂ ਅਸੀਂ ਵੀ ਜਿਹਾ ਪ੍ਰੈਸ਼ਰ ਪਾਈਏ ਵੀ ਇਹ ਜਿਹੜਾ ਕਾਨੂੰਨ ਹੈ ਜੇ ਉਹਨਾਂ ਨੇ ਪਾਸ ਵੀ ਕਰਤਾ ਜਾਂ ਤਾਂ ਇਹਨਾਂ ਨੂੰ ਬਦਲਣਾ ਪਵੇ ਅਤੇ ਜਾਂ ਇਹ ਉਹ ਕਿਤੇ ਨਾ ਕਿਤੇ ਪੰਜਾਬ 'ਚ ਲਾਗੂ ਨਾ ਹੋ ਸਕੇ। ਕਿਉਂਕਿ ਬਾਹਰੋਂ ਅਸੀਂ ਇੰਨਾ ਕੁ ਤਾਂ ਜ਼ਰੂਰ ਜਿਹੜੇ ਵੀ ਪੰਜਾਬ ਦੇ ਲੀਡਰ ਹੋਣਗੇ ਸਿਆਸੀ ਲੀਡਰ ਨੇ ਕੋਈ ਨੇ ਵੀ ਯੂਕੇ ਦੀ ਧਰਤੀ ਤੋਂ ਇੰਨਾ ਕਹਿੰਦੇ ਨੇ ਵੀ ਜੇ ਉਹ ਇੱਥੇ ਆਉਣਗੇ ਨਾ ਉਹਨਾਂ ਨੂੰ ਜਵਾਬ ਹੋਣਾ ਪੈਣਾ, ਸਾਡੇ ਪੰਜਾਬ 'ਚ ਕਿਸਾਨ ਭਰਾ ਨੇ, ਸਾਡੇ ਜਿਹੜੇ ਧਾਰਮਿਕ ਲੀਡਰ ਨੇ, ਸਾਡੇ ਸਿਆਸੀ ਲੀਡਰ ਨੇ ਜਿਹੜੇ ਪੰਥ ਦੀ ਗੱਲ ਕਰਦੇ ਨੇ, ਕੌਮ ਦੀ ਗੱਲ ਕਰਦੇ ਨੇ, ਜਦੋਂ ਉਹਨਾਂ 'ਤੇ ਉਹ ਜ਼ੁਲਮ ਕਰਨਗੇ ਨਾ, ਜਦੋਂ ਯੂਕੇ ਆਉਣਗੇ ਉਹਨਾਂ ਨੂੰ ਜਵਾਬ ਦੇ, ਇੱਥੇ ਸਾਡੇ ਕੋਲ ਹੋਣਾ ਪੈਣਾ ਯੂਕੇ ਦੇ ਪੰਜਾਬੀਆਂ ਕੋਲ, ਯੂਕੇ ਦੇ ਸਿੱਖਾਂ ਕੋਲ। ਅਵਤਾਰ ਸਿੰਘ ਜੀ, ਆਪਾਂ ਇਸ ਵੇਲੇ ਹਾਈ ਸਟਰੀਟ ਸਮੈਦ ਕੇ ਹਾਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਸਾਹਮਣੇ, ਔਰ ਇੱਥੋਂ ਰੈਲੀ ਜਿਹੜੀ ਸਟਾਰਟ ਹੋਣੀ ਹੈ ਤਾਂ ਕਿੱਥੋਂ ਤੱਕ ਕਿੱਧਰ ਨੂੰ ਜਾਣੀ ਹੈ ਇਹ ਰੈਲੀ? ਜੀ ਇੱਥੋਂ ਸਟਾਰਟ ਹੋ ਕੇ ਜੀ ਸੋਹ ਰੋਡ, ਸੋਹੋ ਰੋਡ ਤੋਂ ਬਾਅਦ ਵੈਸਟ ਬਰੋਮ ਤੋਂ ਹੁੰਦੀ ਹੋਈ ਆਪਾਂ ਇੱਥੇ ਹੀ ਸਮਾਪਤੀ ਜਿਹੜੀ ਹੈ ਜੀ ਉਹ ਕਿਹੜੀ ਕਹਾਣੀ। ਅਤੇ ਭਾਈ ਅਵਤਾਰ ਸਿੰਘ ਜੀ, ਮਤਲਬ ਜੇ ਇਹ ਬਿੱਲ ਦੇ ਵਿੱਚ ਕੋਈ ਸੋਧ ਨਹੀਂ ਆਉਂਦੀ ਤਾਂ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਕਿਸਾਨਾਂ ਨੂੰ, ਕਿਸਾਨ ਯੂਨੀਅਨ ਜਥੇਬੰਦੀਆਂ ਨੂੰ, ਕਿਉਂਕਿ 31 ਜਥੇਬੰਦੀਆਂ ਦੇ ਨਾਂ ਆਏ ਆ ਜਿਹੜੀਆਂ ਪੰਜਾਬ ਦੀਆਂ, ਕੀ ਉਹਨਾਂ ਨੂੰ ਇੱਕ ਕਰਕੇ ਕੋਈ ਸਾਂਝਾ ਵਫਦ ਬਣਾ ਕੇ ਇਹਦੇ ਉੱਤੇ ਲੰਮਾ ਸੰਘਰਸ਼ ਕਰਨਾ ਚਾਹੀਦਾ? ਇਸ ਵੇਲੇ ਵੱਖੋ ਵੱਖਰੀ ਡਫੜੀ ਜਾਂ ਵੱਖੋ ਵੱਖਰੀਆਂ ਆਵਾਜ਼ਾਂ ਉੱਠ ਰਹੀਆਂ ਨੇ, ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਗੱਲ ਬਣੂ। ਸਾਡੇ ਕਿਸਾਨ ਭਰਾ ਨੇ ਜਿਹੜੀ ਜਿੰਨੀਆਂ ਵੀ ਜਥੇਬੰਦੀਆਂ ਨੇ, ਜੇ ਇਕੱਠੀਆਂ ਦੇਖੋ ਕੋਈ ਵੀ ਹੋਣਾ ਨਹੀਂ ਚਾਹੁੰਦੇ ਹੁੰਦੇ, ਨਾ ਵੀ ਹੁਣ ਇਕੱਠੀਆਂ ਕੋਈ ਗੱਲ ਨਹੀਂ, ਆਪਾਂ ਕੁੱਠੀਆਂ ਕਰਾਉਂਦੇ ਜ਼ੋਰ ਵੀ ਨਹੀਂ ਪਾਉਣਾ, ਪਰ ਇੱਕ ਉਹ ਹੁੰਦਾ ਕਿ ਵੀ ਇਹੋ ਜਿਹਾ ਮਤਾ ਪਾਸ ਕਰ ਲੈਣ ਜਿਸ ਮਤੇ ਦੇ ਨਾਲ ਸਾਰੀਆਂ ਜਥੇਬੰਦੀਆਂ ਸਾਂਝੀਆਂ ਹੋਣ, ਕਿਉਂਕਿ ਉਹ ਪੰਜਾਬ ਦੀ ਧਰਤੀ 'ਤੇ ਰਹਿੰਦੇ ਨੇ, ਅਸੀਂ ਇੱਥੋਂ ਉਹਨਾਂ ਦੀ ਹਮਾਇਤ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਬੇਨਤੀ ਕਰ ਸਕਦੇ, ਅਸੀਂ ਉਹਨਾਂ ਦੇ ਹੁਕਮ ਨਹੀਂ ਚਾੜ ਸਕਦੇ ਕਿਉਂਕਿ ਸੰਘਰਸ਼ ਉਹ ਕਰ ਰਹੇ ਨੇ, ਅਸੀਂ ਤਾਂ ਇੱਥੇ ਸੇਫ ਬੈਠੇ ਹਾਂ, ਪਰ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜਿੰਨੇ ਕੁ ਯੋਗ ਹਾਂ, ਉਹ ਜੋ ਮਤਾ ਰਲ ਕੇ ਪਾਸ ਕਰਨਗੇ ਅਸੀਂ ਉਹਨਾਂ ਦੇ ਨਾਲ ਹਰ ਪੱਖ ਤੋਂ ਨਾਲ ਹਾਂ, ਪਰ ਇਹ ਹੈ ਬਈ ਜ਼ਰੂਰ ਇਹ ਜਿਹੜਾ ਜਿਵੇਂ ਕਿ ਕਸ਼ਮੀਰ 'ਚ ਹੋਇਆ ਉਹ ਵਾਪਸ ਨਹੀਂ ਲਿਆ ਉਹਨਾਂ ਨੇ ਮਤਾ, ਪਰ ਪੰਜਾਬ ਦੇ ਥੋੜ੍ਹੇ ਜਿਹੇ ਹਾਲਾਤ ਇਹੋ ਜਿਹੇ ਨੇ, ਮੈਨੂੰ ਲੱਗਦਾ ਉਹਨਾਂ ਨੂੰ ਇਹ ਮਤਾ ਵਾਪਸ ਲੈਣਾ ਪੈਣਾ ਹੀ ਪੈਣਾ ਹੈ। ਅਤੇ ਜੇ ਉਹ ਨਹੀਂ ਲੈਂਦੇ ਤਾਂ ਸਾਡੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਸੂਝਵਾਨ ਹੋਣਾ ਪੈਣਾ ਵੀ ਜਿਹੜੀਆਂ ਇੱਕ ਤਾਂ ਫਸਲਾਂ ਸਾਨੂੰ ਥੋਪੀਆਂ ਗਈਆਂ ਸਾਡੇ 'ਤੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਹੈ ਨਹੀਂ ਉਹ ਲਾਉਣੀਆਂ ਬੰਦ ਕਰਨ, ਇੰਟਰਨੈਸ਼ਨਲ ਲੈਵਲ ਦੇ ਬੜੇ ਮੁੰਡੇ ਨੇ ਜਿਹੜੇ ਇੱਥੋਂ ਜਾ ਕੇ ਖੇਤੀ ਕਰਨੀਆਂ ਸ਼ੁਰੂ ਕੀਤੀਆਂ, ਉਹਨਾਂ ਨੇ ਬਾਹਰਲੇ ਮੁਲਕਾਂ ਤੋਂ ਜਾ ਕੇ ਉਹ ਪੰਜਾਬ ਰਹੇ ਨੇ, ਬਹੁਤ ਸੋਹਣਾ ਪੈਸਾ ਬਣਾ ਰਹੇ ਨੇ, ਇਹੋ ਜਿਹੀ ਖੇਤੀ ਉਹ ਕਰਨ, ਕਿਉਂਕਿ ਸਾਡੇ ਕਿਸਾਨ ਜਿਹੜੇ ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ, ਪਰ ਅਸੀਂ ਹੁਣ ਕੋਸ਼ਿਸ਼ ਕਰਾਂਗੇ ਪੰਜਾਬ ਦੀ ਧਰਤੀ, ਜਿਵੇਂ ਸਾਡਾ ਭਰਾ ਦੀਪ ਸਿੱਧੂ ਹੈ ਉਹ ਪੜ੍ਹਿਆ ਲਿਖਿਆ ਇੰਗਲੈਂਡ ਦਾ ਪੜ੍ਹਿਆ ਲਿਖਿਆ, ਇੱਥੇ ਉਹਨੇ ਵਕਾਲਤ ਕੀਤੀ ਹੈ, ਉਹ ਇਹੋ ਜਿਹੜੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਕ ਇਹੋ ਜਿਹਾ ਵਫਦ ਬਣਾਇਆ ਜਾਵੇ ਜਿਹੜਾ ਕਿਸਾਨਾਂ ਦੇ ਨਾਲ ਹਰੇਕ ਸ਼ਹਿਰ ਹਰੇਕ ਪਿੰਡ ਜਾ ਕੇ ਗੱਲ ਕਰੇ, ਉਹਨਾਂ ਨੂੰ ਜਾਣੂ ਕਰਾਇਆ ਜਾਵੇ। ਅਤੇ ਅਵਤਾਰ ਸਿੰਘ ਜੀ, ਇਸ ਵੇਲੇ ਕੁਛ ਕਲਾਕਾਰ ਵੀ ਜਿਹੜੇ ਉੱਥੇ ਸੰਘਰਸ਼ ਦੇ ਵਿੱਚ ਉਤਰੇ ਨੇ, ਔਰ ਸੰਤ ਸਮਾਜ ਧਾਰਮਿਕ ਸ਼ਖਸੀਅਤਾਂ ਵੀ ਉਤਰੀਆਂ ਨੇ, ਕੁਝ ਲੋਕ ਅਜੇ ਨਹੀਂ ਉਤਰੇ, ਉਹ ਆਪਣੇ ਡੇਰਿਆਂ ਦੇ ਅੰਦਰ ਹੀ ਬੈਠੇ ਨੇ, ਕੀ ਕਹਿਣਾ ਚਾਹੋਗੇ? ਇੱਕ ਵਧੀਆ ਵਧੀਆ ਆਵਾਜ਼ ਬੈਠੇ ਹਨ ਨਾ ਜੀ, ਜਿਹੜੇ ਬੰਦੇ ਘਰਾਂ 'ਚ ਬੈਠੇ ਨੇ ਬਾਹਰ ਨਹੀਂ ਨਿਕਲ ਰਹੇ, ਇਹ ਇਹਨਾਂ ਨੂੰ ਕਾਪੀਆਂ 'ਤੇ ਇਹਨਾਂ ਦੇ ਨਾਂ ਨੋਟ ਕਰਨ, ਇਹ ਪੰਥ ਦਾ ਇਹ ਪੰਜਾਬੀਆਂ ਦਾ ਫਰਜ਼ ਬਣਦਾ ਵੀ ਜਿਹੜੇ ਬੰਦੇ ਤੁਹਾਡੇ ਨਾਲ ਇਸ ਸਮੇਂ ਨਹੀਂ ਖੜ ਰਹੇ ਤਾਂ ਚੰਗੇ ਸਮੇਂ ਉਹ ਤੁਹਾਡੇ ਨਾਲ ਆ ਕੇ ਖੜਨ, ਨਾ ਉਹਨਾਂ ਨੂੰ ਇਜਾਜ਼ਤ ਨਹੀਂ ਦੇਣੀ, ਇਹ ਬੰਦੇ ਜਿਹੜੇ ਨਹੀਂ ਨਿਕਲ ਰਹੇ ਨਾ ਘਰਾਂ 'ਚ ਉਹਨਾਂ ਦੇ ਨਾਂ ਲਿਖ ਕੇ ਰੱਖਣ, ਇਹ ਦਿਮਾਗ 'ਚ ਪਾ ਕੇ ਰੱਖਣ, ਇਹ ਜਦੋਂ ਤੁਹਾਡੇ 'ਤੇ ਜ਼ੁਲਮ ਹੋ ਰਿਹਾ ਨਾ ਅਤੇ ਤੁਹਾਡੇ ਨਾਲ ਜਿਹੜਾ ਬੰਦਾ ਚੁੱਪ ਵੀ ਕਰ ਗਿਆ, ਤੁਹਾਡੇ ਹੱਕ 'ਚ ਹਾਹ ਦਾ ਨਾਰਾ ਨਹੀਂ ਮਾਰ ਰਿਹਾ, ਉਹ ਆਟੋਮੈਟਿਕ ਤੁਹਾਡੇ ਦੁਸ਼ਮਣ ਦੇ ਹੱਕ 'ਚ ਭੁਗਤ ਗਿਆ ਉਹ। ਸੋ ਇਹ ਜਿਹੜੇ ਚੁੱਪ ਬੈਠੇ ਨੇ ਕਿਤੇ ਨਾ ਕਿਤੇ ਦੁਸ਼ਮਣ ਦੇ ਹੱਕ 'ਚ ਹੀ ਭੁਗਤ ਰਹੇ ਨੇ ਸਿੱਧੇ ਸਿੱਧੇ ਤੌਰ 'ਤੇ, ਜਿਹੜਾ ਇਸ ਸਮੇਂ ਸਾਡੇ ਨੇ, ਮੈਂ ਕਹਿੰਦਾ ਇਹਨਾਂ ਜਿਹੜੇ ਬਾਬੇ ਬਣੇ ਫਿਰਦੇ ਸੰਤ ਘੁਮਾਉਂਦੇ ਨੇ ਆਪਦੇ ਆਪ ਨੂੰ, ਉਹਨਾਂ ਨਾਲ ਤਾਂ ਇਹ ਜਿਹਨਾਂ ਨੂੰ ਅਸੀਂ ਗਾਲਾਂ ਕੱਢਦੇ ਹੁੰਦੇ ਨੇ ਲੋਕ ਵੀ ਲੱਚਰ ਗਾਉਂਦੇ ਨੇ ਗਾਉਂਦੇ ਨੇ, ਲੋੜ ਪਈਆ ਤੋਂ ਖੜ ਗਏ ਨੇ ਆ ਕੇ, ਉਹ ਗੱਲ ਜਿੰਨੀ ਕੁ ਸੂਝ ਬੂਝ ਆ ਉਸ ਹਿਸਾਬ ਨਾਲ ਗੱਲ ਕਰ ਰਹੇ ਨੇ ਉਹ। ਬਿਲਕੁਲ, ਉਹਨਾਂ ਕਲਾਕਾਰਾਂ ਨੇ ਅੱਜ ਵੀ ਮੇਰਾ ਖਿਆਲ ਬਟਾਲੇ ਕੀਤਾ ਜੀ, ਉਹ ਜੀ ਵਧਾਈ ਦੇ ਪਾਤਰ ਨੇ, ਕਿਉਂਕਿ ਉਹ ਆਪਦੇ ਆਪ ਨੂੰ ਜੇ ਗੀਤਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਪੰਜਾਬ ਦੇ ਪੌਤਾਂ ਧਰਤੀ ਦੇ ਪੌਤਾਂ, ਹੁਣ ਲੋੜ ਪਈ ਆ ਉਹ ਖੜ ਗਏ ਨੇ। ਧੰਨਵਾਦ। ਇਹ ਸਨ ਅਵਤਾਰ ਸਿੰਘ ਖੰਡਾ, ਔਰ ਮੈਂ ਆਵਾਜ਼ ਘੁੰਮ ਟੀਵੀ ਦੇਖ ਰਹੇ ਸਰੋਤਿਓ, ਮੈਂ ਆਪ ਜੀ ਨੂੰ ਲੈ ਕੇ ਜਾਵਾਂਗਾ, ਮੇਰੇ ਨਾਲ ਮੇਰੇ ਨੌਜਵਾਨ ਵੀਰ ਨੇ ਵਰਿੰਦਰਪਾਲ ਸਿੰਘ ਜੀ ਗਿੱਲ, ਜਿਨ੍ਹਾਂ ਨੂੰ ਤੁਸੀਂ ਕੇ ਟੀ ਵੀ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਹਮੇਸ਼ਾ ਹੀ ਵੱਖ ਵੱਖ ਮੁੱਦਿਆਂ ਦੇ ਉੱਤੇ ਵੱਖ ਵੱਖ ਪ੍ਰੋਗਰਾਮਾਂ ਦੇ ਉੱਪਰ ਇਹ ਵੇਖਦੇ ਰਹਿੰਦੇ ਹੋ, ਔਰ ਅੱਜ ਇਹ ਜਿੱਥੇ ਮੀਡੀਆ ਦੇ ਨਾਲ ਨਾਲ ਵੀ ਉੱਥੇ ਨੌਜਵਾਨਾਂ ਦੀ ਅਗਵਾਈ ਕਰਕੇ ਇਹਨਾਂ ਨੇ ਮੋਟਰਸਾਈਕਲ ਵੀ ਕਾਫੀ ਵੱਡੀ ਗਿਣਤੀ 'ਚ ਇਹਨਾਂ ਨੇ ਰੈਲੀ ਦੇ ਵਿੱਚ ਲਾਉਣੇ ਨੇ। ਇਹ ਗਿੱਲ ਜੀ, ਅੱਜ ਆਪਾਂ ਨੂੰ ਕਿਉਂ ਲੋੜ ਪੈ ਗਈ ਇਸ ਵੇਲੇ ਦੇ ਕੰਮਾਂ ਕਾਰਾਂ ਤੋਂ ਆਣ ਕੇ ਆਪਾਂ ਘਰ ਬੱਚਿਆਂ 'ਚ ਬਹਿੰਦੇ ਹਾਂ,
ਜਦੋਂ ਰਾਤ ਨੂੰ ਸੁਪਨਾ ਆਉਂਦਾ ਅਸੀਂ ਤੁਰੇ ਪਿੰਡ ਹੀ ਫਿਰੀਦਾ, ਕਦੀ ਨਹੀਂ ਸੁਪਨਾ ਆਇਆ ਕਿ ਸਮੈਥ ਹਾਈ ਸਟਰੀਟ 'ਤੇ ਘੁੰਮ ਰਹੇ ਹਾਂ ਅਸੀਂ, ਕਦੀ ਨਹੀਂ ਸੁਪਨਾ ਆਇਆ ਕਿ ਸੋਹੋ 'ਤੇ ਚੱਲੇ ਹਾਂ ਮੇਲਾ ਦੇਖ ਰਹੇ ਹਾਂ। ਜਦੋਂ ਕੋਈ ਸੁਪਨਾ ਆਉਂਦਾ ਪਿੰਡ ਦੀ ਸੁੱਤਾ ਉੱਠ ਕੇ ਬਾਅਦ 'ਚ ਯਾਦ ਆਉਂਦਾ ਯਾਰ ਸੁਪਨਾ ਰਾਤੀ ਆਇਆ ਸੀ, ਉਹ ਆਪਾਂ ਉੱਥੇ ਤੁਰੇ ਫਿਰਦੇ ਸੀ। ਜਿਹੜੀ ਰੂਹ ਆ ਨਾ, ਰੂਹ ਵਿਅਕਤੀ ਦੀ, ਉਹ ਉਹਦੀ ਜੰਮਣ ਭੋਈ ਆ ਜਿਹੜੀ ਜਿਹੜੀ ਮਿੱਟੀ ਆ ਉਹਦੀ, ਉਹਦੇ ਵਿੱਚ ਹਮੇਸ਼ਾ ਰਹਿੰਦੀ ਆ। ਅਸੀਂ ਪੰਜਾਬੀ ਹਾਂ, ਪੰਜਾਬੀਆਂ ਦਾ ਮੋਹ ਖਾਸ ਕਰਕੇ ਮਿੱਟੀ ਨਾਲ ਬਹੁਤ ਹੈ। ਇਸ ਵੇਲੇ ਜਿਹੜੇ ਪਹਿਲਾਂ ਤਾਂ ਆਰਡੀਨੈਂਸ ਆਏ, ਫਿਰ ਬਿੱਲ ਬਣ ਗਏ, ਅਤੇ ਹੁਣ ਕਾਨੂੰਨ ਬਣ ਗਏ। ਉਹ ਕਾਨੂੰਨਾਂ ਨੇ ਜੋ ਸਾਡੇ ਕਿਸਾਨਾਂ ਦਾ ਹਾਲਤ ਕਰਨੀ ਆ, ਉਹ ਸੋਚ ਕੇ ਤੁਸੀਂ 8 ਵਜੇ ਗੱਲ ਕਰਦੇ ਆ, ਮੈਂ ਕਹਿੰਦਾ ਰੋਜ਼ 9 ਵਜੇ ਵੀ ਆ ਕੇ ਇੱਥੇ ਬਹਿ ਕੇ ਅਲੱਗ ਅਲੱਗ 2 ਮਹੀਨੇ ਪਹਿਲਾਂ ਤਾਂ ਬਿੱਲ ਬਹਿ ਸਕਦੇ ਹਾਂ, ਕਿਉਂਕਿ ਅਸੀਂ ਨਾ ਜੇ ਮੈਂ ਪਹਿਲਾਂ ਕਹਿੰਦਾ ਹਟਿਆ, ਸਾਡੇ ਕੋਲ ਨਾ ਮੇਰੇ ਬਾਪੂ ਬਾਹਰੋਂ ਆਏ ਸੀ, ਅਤੇ ਬਾਪੂ ਨੇ ਕੰਮ ਕਰ ਲਿਆ ਆਪਣੇ ਪ੍ਰੋਪਰਟੀ ਦਾ, ਪ੍ਰੋਪਰਟੀ 'ਚ ਪੈਸੇ ਲੱਗ ਗਏ, ਪੈਸੇ ਸਟੱਕ ਹੋ ਗਏ, ਮੇਰਾ ਬਾਹਰਲਾ ਕੰਮ ਬਣ ਗਿਆ। ਬਾਹਰ ਪਤਾ ਮੈਂ ਕਿੱਦਾਂ ਆਇਆ ਸੀ, ਆਪਣਾ ਖੇਤ ਵੇਚਿਆ ਸੀ ਅਸੀਂ, ਠੀਕ ਹੈ ਜੀ, ਉਹ ਜ਼ਮੀਨ ਮੁੜ ਕੇ ਅਸੀਂ ਬੇਸ਼ੱਕ ਲੈ ਲਈ, ਪਰ ਇੱਕ ਵਾਰੀ ਉਹ ਜ਼ਮੀਨ ਅਸੀਂ ਮਤਲਬ ਇੰਨਾ ਵੇਚ ਕੇ ਬਾਹਰ ਆ ਗਿਆ। ਮਿੱਟੀ ਦਾ ਕਰਜ਼ ਹੈਗਾ, ਅੱਜ ਮੈਂ ਇੱਥੇ ਤੁਹਾਡੇ ਸਾਹਮਣੇ ਖੜ੍ਹਾ, ਉਹ ਮਿੱਟੀ ਦਾ ਕਰਜ਼ ਅਸੀਂ ਸਾਰੀ ਜ਼ਿੰਦਗੀ ਨਹੀਂ ਲਾ ਸਕਦੇ। ਮੈਂ ਭਾਵਕ ਹੋ ਜਾ ਨਾ, ਮੈਂ ਬਹੁਤ ਜ਼ਿਆਦਾ, ਮੇਰਾ ਮਤਲਬ ਮੈਨੂੰ ਕਈ ਵਾਰ ਪੁੱਛਦੇ ਖੇਤੀ ਕੀਤੀ, ਮੈਂ ਖੇਤੀ ਨਹੀਂ ਕੀਤੀ, ਪਰ ਜਦੋਂ ਕੋਈ ਕਿਸਾਨ ਉੱਥੇ ਮਰਦਾ ਨਾ, ਖੂਨ ਜੇ 'ਚ ਕਿਤੇ ਖਬਰ ਲੱਗੀ ਆ, ਇੱਦਾਂ ਲੱਗਦਾ ਇਹਦਾ ਆਪਣਾ ਕੋਈ ਪਰਿਵਾਰ ਦਾ ਮਰਿਆ ਹੁੰਦਾ, ਪਤਾ ਨਹੀਂ ਕਿਉਂ। ਗਿੱਲ ਜੀ, ਜਿਵੇਂ ਤੁਸੀਂ ਦੱਸਿਆ ਖੇਤ ਵੇਚ ਕੇ ਆਏ ਆ, ਪਰ ਜਿਹੜਾ ਇਹ ਬਿੱਲ ਪਾਸ ਹੋਇਆ ਵਾ, ਜਦੋਂ ਲੀਜ਼ 'ਤੇ ਜ਼ਮੀਨਾਂ ਦਿੱਤੀਆਂ ਜਾਣਗੀਆਂ, ਅਤੇ ਉਹ ਕਾਰਪੋਰੇਟ ਘਰਾਣੇ ਇਹਦੇ ਉੱਤੇ ਕਹਿੰਦੇ ਨੇ ਵੀ ਲੋਨ ਵੀ ਲੈ ਸਕਦੇ ਨੇ, ਕੱਲ੍ਹ ਨੂੰ ਉਹ ਲੋਨ ਲੈ ਕੇ ਮੁੜ ਕੇ ਭੱਜ ਜਾਣ, ਜ਼ਮੀਨਾਂ ਲਾਉਣ ਵਾਲੀਆਂ ਕੰਪਨੀਆਂ ਆਣ ਕੇ ਸਾਂਭ ਲੈਣ, ਅਤੇ ਸਾਡੇ ਕੋਲ ਰਹੂ ਕਿ ਅਸੀਂ ਤਾਂ ਖੇਤ ਵੇਚ ਕੇ ਕਿਸੇ ਬੰਨੇ ਜਾਣ ਜੋਗੇ ਵੀ ਨਹੀਂ ਰਵਾਂਗੇ। ਇੱਦਾਂ ਜੀ, ਇਹ ਬਿੱਲ ਆ ਨਾ ਜਿਹੜੇ ਮੈਂ ਪੜ੍ਹ ਰਿਹਾ, ਇਹ ਬਿੱਲ ਜਿੱਥੇ ਇਹ ਦੱਸ ਰਹੇ ਆ ਨਾ ਕਿ ਇਹ ਜਿਹੜੀ ਜਦੋਂ ਤੁਸੀਂ ਦੱਸਿਆ ਕਿ ਚੱਲ ਗਿਆ, ਇਹ ਵੀ ਗੱਲ ਆ ਕਿ ਪੂਰਾ ਇੱਕ ਸਿਸਟਮ ਬਣਾਇਆ ਗਿਆ ਕਿ ਇਹ ਕਾਨੂੰਨ ਦੇ ਅਧੀਨ ਇਹਨਾਂ ਦੇ ਜ਼ਮੀਨ ਵੀ ਲੈ ਲਈ ਜਾਵੇ, ਕਿਸਾਨ ਨੂੰ ਮਜ਼ਦੂਰ ਵੀ ਬਣਾਤਾ ਜਾਵੇ, ਅਤੇ ਕਿਸਾਨ ਕਿਤੇ ਅਦਾਲਤ 'ਚ ਵੀ ਨਾ ਜਾ ਸਕੇ। ਉਹਦਾ 8ਵਾਂ ਪੈਰਾ ਪੜ੍ਹ ਕੇ ਦੇਖੋ, ਮੈਂ ਜਿਹੜੇ ਉੱਥੇ ਆਪਣਾ ਪੰਜਾਬੀ ਤਰਜਮਾਨੀ ਕੀਤੀ ਆ, ਉਹ 'ਚ ਲਿਖਿਆ ਹੈ ਕਿ ਇੱਕ ਤੁਸੀਂ SDM ਕੋਲ ਜਾਣਾ, SDM ਨੇ ਅੱਗੇ ਕਮੇਟੀ ਬੁਲਾਉਣੀ, ਉਹ 'ਚ 4 ਮੈਂਬਰ ਹੋਣੇ ਆ, 4 ਮੈਂਬਰ ਕਿਹੜੇ ਹੋਣਗੇ ਉਹ SDM ਚੂਜ਼ ਕਰੂਗਾ, ਉਹ ਤੋਂ ਬਾਅਦ ਵੀ ਤੁਹਾਡਾ ਫੈਸਲਾ ਨਹੀਂ ਹੁੰਦਾ 1 ਮਹੀਨੇ ਤੱਕ। DC ਕੋਲ ਜਾ ਸਕਦੇ ਹਾਂ, DC ਤੋਂ ਅੱਗੇ ਕਿੱਥੇ ਜਾਣਾ, ਕੁਛ ਨਹੀਂ ਗਾ। DC ਅਤੇ SDM ਗਰੀਬ 2 ਕਿੱਲੇ ਵਾਲੇ ਕਿਸਾਨ ਦੀ ਸੁਣ ਕੇ, ਅਤੇ ਸਰਕਾਰ ਦੀ ਨਹੀਂ, ਸਰਕਾਰ ਜਿਹਦੀ ਸੁਣਦੀ ਕਾਰਪੋਰੇਟ ਦੀ ਉਹਦੀ ਸੁਣੂਗਾ, ਸਰਕਾਰ ਤੋਂ ਜਿਹੜੀ ਸੁਣਦੀ ਹੈ ਨਾ। ਖਿਡੌਣਿਆਂ ਦਾ ਕਿਹਾ, ਅਸੀਂ ਉੱਥੇ ਕਿਹਾ, ਐਲਾਨ ਕੀਤਾ ਕੇਂਦਰ ਨੇ ਕਿ ਖਿਡੌਣੇ ਅਸੀਂ ਬਣਾਵਾਂਗੇ, ਅਤੇ ਰਿਲਾਇੰਸ ਨੇ ਖਿਡੌਣਿਆਂ ਦੇ ਉੱਥੇ ਪਾਰਟ ਬਣਾਉਣੇ ਸ਼ੁਰੂ ਕਰ ਦਿੱਤੇ, ਹਲੇ ਐਲਾਨ ਹੋਣਾ ਸੀ ਪਹਿਲਾਂ। ਇਤਫਾਕ ਦੇਖੋ, ਬਿੱਲ ਬਣ ਕੇ ਕਾਨੂੰਨ ਬਣ ਕੇ ਆਉਣਾ ਸੀ, ਅਤੇ ਯੂਨੀਲੀਵਰ ਵਾਲੇ ਆ, ਮਹਿੰਦਰਾ ਵਾਲੇ ਆ, ਵੱਡੀਆਂ ਹੋਰ ਟਾਟਾ, ਇਹਨਾਂ ਨੇ ਖੇਤੀਬਾੜੀ ਕੰਮ ਦੇ ਵਿੱਚ ਆਪਣੀ ਪੈਂਠ ਬਣਾਉਣੀ ਸ਼ੁਰੂ ਕਰ ਦਿੱਤੀ ਆ। ਇਹ ਇੱਦਾਂ ਨਾ ਸੋਚੋ ਕਿ ਇਹ ਆਉਣੇ ਨਹੀਂ, ਇਹਨਾਂ ਨੇ ਪੰਜਾਬ ਦੇ ਵਿੱਚ ਸਾਨੂੰ ਪਤਾ ਨਹੀਂ ਕਿ ਕਿੱਥੇ ਕਿੱਥੇ ਆਪਣਾ ਸੈਟਲਮੈਂਟ ਕੀਤੀ ਆ। ਬਿੱਲ ਆ ਨਾ ਜਿਹੜੇ ਬਿੱਲਾਂ ਤੋਂ, ਹੁਣ ਜਿੱਦਾਂ ਹੁਣ ਤਾਂ ਚਲੋ ਐਕਟ ਬਣ ਗਿਆ, ਕਾਨੂੰਨ ਬਣ ਗਿਆ, ਇਹਦੇ ਨਾਲ ਸਾਡਾ ਮਜ਼ਦੂਰ ਬਣਨਾ ਬਿਲਕੁਲ ਕਿਸਾਨਾਂ ਦਾ ਤੈਅ ਹੈ ਜੀ। ਅਤੇ ਗਿੱਲ ਸਾਹਿਬ, ਮੈਂ ਚਾਹੁੰਦਾ ਕੈਮਰੇ ਵਾਲੇ ਤੁਸੀਂ ਇਹਦੇ ਨੂੰ ਆ ਜਾਓ, ਆਪਾਂ ਨਾਲ ਹੀ ਤੁਰੇ ਜਾਣਾ ਰੈਲੀ 'ਚ ਸ਼ਾਮਿਲ ਹੋਣਾ। ਗਿੱਲ ਸਾਹਿਬ ਜੀ, ਜਿਹੜਾ ਇਹ ਬਿੱਲ ਆ, ਇਹ ਕੇਵਲ ਕਿਸਾਨਾਂ ਨੂੰ ਹੀ ਪ੍ਰਭਾਵਿਤ ਕਰੇਗਾ ਜਾਂ ਮਜ਼ਦੂਰ ਤਬਕਾ ਅਤੇ ਜਾਂ ਨਿੱਕੇ ਨਿੱਕੇ ਜਿਹੜੇ ਸਹਾਇਕ ਧੰਦੇ ਨੇ ਉਹ ਵੀ ਖਤਮ ਹੋਣਗੇ? ਸਰਦਾਰ ਜੀ ਦੇਖੋ, ਜਿਹੜਾ ਕਿਸਾਨ ਆ ਨਾ, ਕਿਸਾਨ ਦੀ ਫਸਲ ਮਾੜੀ ਹੋ ਜਾਏ ਅਤੇ ਨਾ ਸਕੂਟਰ ਮੋਟਰਸਾਈਕਲ ਵਿਕਦਾ, ਨਾ ਕੋਈ ਉੱਥੇ ਹੋਰ ਕੋਈ ਕੰਮ ਚੱਲਦਾ, ਸਾਰਾ ਕੁਝ ਹੀ ਬਹਿ ਜਾਂਦਾ। ਇਹ ਇਕੱਲਾ ਕਿਸਾਨਾਂ 'ਤੇ ਨਹੀਂ ਪ੍ਰਭਾਵ ਪੈਣਾ, ਕਾਰਪੋਰੇਟ ਨੇ ਜ਼ਮੀਨਾਂ ਲੀਜ਼ 'ਤੇ ਲੈ ਕੇ ਨਾ, ਜਦੋਂ ਫਸਲ ਚੱਕਣੀ ਆ ਉਹਨਾਂ ਨੇ ਪੈਕਟਾਂ 'ਚ ਬੰਦ ਕਰ ਜਦੋਂ ਵੇਚਣੀ ਆ, ਉਹ ਗਰੀਬ ਮਜ਼ਦੂਰ ਨੂੰ ਵੀ ਉੱਥੇ ਉਨਾ ਹੀ ਪ੍ਰਭਾਵ ਪੈਣਾ, ਸ਼ਾਹੂਕਾਰ ਨੂੰ ਵੀ ਉਨਾ ਹੀ ਪ੍ਰਭਾਵ ਪੈਣਾ, ਅਤੇ ਆਮ ਵਿਅਕਤੀ ਜਿਹੜਾ ਵੀ ਆ ਉਹਨੂੰ ਉਨਾ ਹੀ ਪ੍ਰਭਾਵ ਪੈਣਾ। ਇਕੱਲੇ ਬਿੱਲ ਉਹਨਾਂ 'ਤੇ ਨਹੀਂ ਐਕਟ, ਇਹ ਇਕੱਲੇ ਇਕੱਲੇ ਬੰਦੇ 'ਤੇ, ਜਿਹੜਾ ਪੰਜਾਬ, ਜਿਹੜਾ ਮੈਂ ਕੱਲ੍ਹ ਮੋਟੀ ਜਿਹੀ ਉਦਾਹਰਨ ਦੇ ਦਿੰਦਾ,
ਜਿਹੜਾ ਬੰਦਾ ਰੋਟੀ ਖਾਂਦਾ ਉੱਤੇ ਪ੍ਰਭਾਵ ਪੈਣਾ, ਹੁਣ ਦੇਖ ਲਓ ਜਿਹੜਾ ਨਹੀਂ ਰੋਟੀ ਖਾਂਦਾ ਉਹ ਨਹੀਂ ਉੱਤੇ ਨਹੀਂ ਪੈਣਾ। ਧੰਨਵਾਦ ਜੀ, ਇਹ ਸਨ ਵਰਿੰਦਰਪਾਲ ਸਿੰਘ ਜੀ ਗਿੱਲ ਜਿਨ੍ਹਾਂ ਨੇ ਬਹੁਤ ਵਧੀਆ ਆਪਣੇ ਵਿਚਾਰ ਜਿਹੜੇ ਦਿੱਤੇ ਨੇ। ਅਤੇ ਆਹ ਹੁਣ ਮੇਰਾ ਖਿਆਲ ਹੈ ਜਿਹੜੀ ਰੈਲੀ ਦੀ ਰੂਪ ਰੇਖਾ ਜਿਹੜੀ ਤਿਆਰ ਕੀਤੀ ਗਈ ਆ, ਅਤੇ ਲੋਕ ਹੁਣ ਜਿਹੜਾ ਹੈ ਰੈਲੀ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਜਿਹੜੇ ਉਹ ਤਿਆਰ ਨੇ। ਆਪਾਂ ਵੇਖ ਸਕਦੇ ਹਾਂ ਮੋਟਰਸਾਈਕਲਾਂ ਦੇ ਉੱਪਰ ਜਿਹੜੇ ਨੇ ਵੀਰ ਉਹ ਇਸ ਰੈਲੀ 'ਚ ਸ਼ਾਮਿਲ ਹੋਏ ਨੇ। ਉਹਦੇ ਨਾਲ ਜਿਹੜੇ ਸਾਡੇ ਵੀਰ ਇੱਥੇ ਟਰਾਂਸਪੋਰਟਰ ਨੇ, ਜਿਹੜੇ ਲੋਰੀਆਂ ਵਾਲੇ ਵੀਰ ਨੇ, ਉਹ ਵੀ ਆਪਣੀਆਂ ਲੋਰੀਆਂ ਲੈ ਕੇ ਜਿਹੜਾ ਹੈ ਉਹ ਇਸ ਆਏ ਹੋਏ ਨੇ, ਕਿਉਂਕਿ ਇਹ ਅੱਜ ਰੈਲੀ ਜਿਹੜੀ ਹੈ ਇਹ ਸਾਰੇ ਜਿਹੜੇ ਕਿਸਾਨੀ ਕਰਦੇ ਆਏ ਨੇ ਪੰਜਾਬ ਦੀ ਧਰਤੀ ਤੋਂ, ਉਹਨਾਂ ਦੀ ਰੈਲੀ ਆ, ਨੌਜਵਾਨਾਂ ਦੀ ਰੈਲੀ ਆ, ਪੰਜਾਬ ਹਿਤੈਸ਼ੀਆਂ ਦੀ ਰੈਲੀ ਆ, ਕਿਸਾਨ ਦੇ ਬੱਚਿਆਂ ਦੀ ਰੈਲੀ ਆ, ਕਿਸਾਨੀ ਨੂੰ ਪਿਆਰ ਕਰਨ ਵਾਲਿਆਂ ਦੀ ਜਿਹੜੀ ਉਹ ਰੈਲੀ ਆ, ਇੱਕ ਸੰਘਰਸ਼ ਹੈ। ਔਰ ਤੁਸੀਂ ਵੇਖ ਸਕਦੇ ਹੋ ਇਹ ਜਿੱਦਾਂ ਵੱਡੀਆਂ ਵੱਡੀਆਂ ਲੋਰੀਆਂ, ਉਹਦੇ ਨਾਲ ਹੋਰ ਸੰਗਤਾਂ ਵੀ ਜਿਹੜੀਆਂ ਨੇ ਉਹ ਇਸ ਕਾਫਲੇ ਦੇ ਵਿੱਚ ਆਉਣਗੀਆਂ। ਔਰ ਮੋਟਰਸਾਈਕਲਾਂ ਦੇ ਉੱਪਰ ਜਿਹੜੇ ਵੀਰ ਨੇ ਉਹ ਵੀ ਇਸ ਰੈਲੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਔਰ ਉਹਦੇ ਨਾਲ ਨਾਲ ਆਪਾਂ ਜਿਹੜਾ ਹੈ ਉਹ ਦੇਖ ਸਕਦੇ ਹੋ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਇੱਥੇ ਸੰਗਤਾਂ ਲੋਕ ਇਕੱਤਰ ਹੋਏ ਨੇ, ਔਰ ਉਹਨਾਂ ਨੇ ਇਸ ਸੰਘਰਸ਼ ਦੀ ਜਿਹੜੀ ਰੂਪ ਰੇਖਾ ਹੈ ਉਹ ਤੈਅ ਕਰੂਗੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਪਰ ਜਾਂ ਭਾਰਤ ਦੇ ਵਿੱਚ ਜਿਹੜਾ ਇਹ ਬਿੱਲ ਲਿਆਂਦਾ ਗਿਆ ਹੈ, ਅੱਜ ਪੰਜਾਬ ਦਾ ਕਿਸਾਨ ਹੀ ਨਹੀਂ, ਪੰਜਾਬ ਦਾ ਵਸਿੰਦਾ ਹੀ ਨਹੀਂ, ਵਿਦੇਸ਼ਾਂ ਦੇ ਸਿੱਖ ਵਿਦੇਸ਼ਾਂ ਦੇ ਵਸਿੰਦੇ ਜਿਹੜੇ ਨੇ ਉਹ ਵੀ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ ਆਪਣੇ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ, ਆਪਣੇ ਪੰਜਾਬੀਆਂ ਦੇ ਹੱਕ ਦੇ ਵਿੱਚ। ਔਰ ਤੁਸੀਂ ਵੇਖ ਸਕਦੇ ਹੋ ਇਹ ਤਸਵੀਰ ਆਵਾਜ਼ੇ ਕੌਮ ਟੀਵੀ ਦੇ ਰਾਹੀਂ, ਇਹ ਹਾਈ ਸਟਰੀਟ ਸਮੈਲਿਕ ਮਿਡਲੈਂਡ ਦੀ ਤਸਵੀਰ ਹੈ, ਬਰਮਿੰਗਮ ਏਰੀਏ ਦੀ ਤਸਵੀਰ ਹੈ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼ਾਮਿਲ ਹੋਈਆਂ ਨੇ। ਇਹ ਰੈਲੀ ਜਿਹੜੀ ਹੈ ਇਹ ਗੱਡੀਆਂ ਦੀ ਰੈਲੀ ਹੋਏਗੀ ਜਿਹੜੀ ਇੱਥੋਂ ਚੱਲ ਕੇ ਅਤੇ ਸੋ ਰੋਡ ਥਾਣੀ ਹੁੰਦੀ ਹੋਈ ਫਿਰ ਵਾਪਸ ਇੱਥੇ ਹੀ ਜਿਹੜੀ ਹੈ ਇਹਦੀ ਸੰਪੂਰਨਤਾ, ਇਹਦੀ ਜਿਹੜੀ ਸਮਾਪਤੀ ਹੈ ਉਹ ਜਿਹੜੀ ਉਹ ਹੋਣੀ ਹੈ। ਅਤੇ ਆਓ ਤੁਹਾਨੂੰ ਅੱਜ ਦਾ ਜਿਹੜਾ ਇਹ ਸਾਰਾ ਪ੍ਰੋਗਰਾਮ ਹੈ, ਅੱਜ ਦੀ ਜਿਹੜੀ ਇਹ ਰੋਸ ਰੈਲੀ ਹੈ, ਅੱਜ ਦਾ ਜਿਹੜਾ ਕਿਸਾਨਾਂ ਦੇ ਹੱਕ ਦੀ ਗੱਲ ਹੈ, ਮਜ਼ਦੂਰਾਂ ਦੇ ਹੱਕ ਦੀ ਗੱਲ ਹੈ, ਕਿਸਾਨ ਏਕਤਾ ਦੇ ਹੱਕ ਦੀ ਗੱਲ ਹੈ, ਉਹ ਤੁਹਾਨੂੰ ਤਸਵੀਰ ਤੁਸੀਂ ਇਸ ਵੇਲੇ ਆਵਾਜ਼ੇ ਕੌਮ ਟੀਵੀ ਦੇ ਰਾਹੀਂ ਦੇਖ ਰਹੇ ਹੋ, ਦੇਖ ਸਕਦੇ ਹੋ। ਅੱਜ ਇੱਥੋਂ ਇਹ ਕਾਫਲਾ ਜਿਹੜਾ ਇਹ ਚੱਲਣਾ ਵਾ, ਲੋਕ ਜਿਹੜੇ ਨੇ ਉਹ ਬਿਲਕੁਲ ਤਿਆਰ ਨੇ ਇਸ ਕਾਫਲੇ ਦੇ ਵਿੱਚ ਸ਼ਾਮਿਲ ਹੋਣ ਵਾਸਤੇ, ਇਸ ਕਾਫਲੇ ਦੇ ਵਿੱਚ ਚੱਲਣ ਵਾਸਤੇ। ਸੋ ਅਸੀਂ ਨਾਲ ਨਾਲ ਆਪ ਜੀ ਨੂੰ ਇਹ ਤਸਵੀਰਾਂ, ਇਹ ਸਾਰੀ ਰੈਲੀ ਦੀ ਰੂਪ ਰੇਖਾ ਜਿਹੜੀ ਵਿਖਾਵਾਂਗੇ। ਨੌਜਵਾਨ ਜਿਹੜੇ ਨੇ ਉਹ ਮੋਟਰਸਾਈਕਲਾਂ ਦੇ ਉੱਪਰ ਨੇ ਔਰ ਗੱਡੀਆਂ ਦੇ ਵਿੱਚ ਆ, ਔਰ ਪੈਦਲ ਸੰਗਤਾਂ ਵੀ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਅਸੀਂ ਅੱਜ ਇਹ ਕਿਸਾਨਾਂ ਦੇ ਹੱਕ ਵਾਸਤੇ, ਕਿਸਾਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਇੱਕ ਆਰਡੀਨੈਂਸ ਬਿੱਲ ਪਾਸ ਕੀਤਾ ਗਿਆ, ਜਿਹੜਾ ਕਾਨੂੰਨ ਬਣ ਗਿਆ, ਉਹਦਾ ਵਿਰੋਧ ਕਰਨ ਵਾਸਤੇ, ਉਹਨੂੰ ਖੰਡਨ ਕਰਨ ਵਾਸਤੇ ਅੱਜ ਇਹ ਮਿਡਲੈਂਡ ਦੇ ਲੋਕ, ਸਮੈਲਿਕ ਬਰਮਿੰਗਮ ਏਰੀਏ ਦੇ ਲਾਗੇ ਲਾਗੇ ਦੇ ਲੋਕ, ਪੰਜਾਬ ਦੇ ਵਸ਼ਿੰਦੇ, ਪੰਜਾਬ ਦੇ ਪੁੱਤ ਕਹਿ ਲਓ, ਸਿੱਖ ਕਹਿ ਲਓ, ਅੱਜ ਆਪਣੇ ਕਿਸਾਨ ਭਰਾਵਾਂ ਦਾ ਸਾਥ ਦੇਣ ਵਾਸਤੇ, ਉਹਨਾਂ ਦੇ ਹੱਕ ਦੀ ਗੱਲ ਕਰਨ ਵਾਸਤੇ ਅੱਜ ਜਿਹੜਾ ਇੱਥੇ ਉਹ ਆਏ ਨੇ, ਇੱਥੇ ਜਿਹੜੇ ਉਹ ਜੁੜੇ ਹੋਏ ਨੇ। ਸੋ ਅਸੀਂ ਵਿਖਾਉਂਦੇ ਹਾਂ ਆਪ ਜੀ ਨੂੰ ਜਿਹੜੀ ਇਹ ਕਾਫਲਾ ਹੈ, ਜਿਹੜੀ ਇਹ ਰੈਲੀ ਹੈ, ਇਹਦੀ ਆਰੰਭਤਾ ਜਿਹੜੀ ਹੈ ਉਹ ਬਿਲਕੁਲ ਹੋ ਚੁੱਕੀ ਹੈ। ਸੋ ਅਸੀਂ ਸਾਰੇ ਹੀ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ, ਜਿਹੜਾ ਆਵਾਜ਼ੇ ਕੌਮ ਟੀਵੀ ਦੇ ਉੱਪਰ ਲਾਈਵ ਹੈ ਵਾਲੇ ਸੰਗਤਾਂ ਵੇਖ ਰਹੀਆਂ ਨੇ, ਉਹ ਸ਼ੇਅਰ ਜ਼ਰੂਰ ਕਰ ਦਿਓ। ਨਿਮਰਤਾ ਸਾਹਿਬ ਬੇਨਤੀ ਹੈ, ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਅੱਜ ਇੰਗਲੈਂਡ ਦੇ ਸੰਘਰਸ਼ ਦੀ ਗੱਲ ਜਿਹੜੀ ਹੈ ਹੋ ਚੁੱਕੇ। ਤੁਸੀਂ ਦੇਖ ਸਕਦੇ ਹੋ ਵੱਡੀਆਂ ਵੱਡੀਆਂ ਜਿਹੜੀਆਂ ਲੋਰੀਆਂ ਨੇ ਉਹ ਲੱਗੀਆਂ ਹੋਈਆਂ ਨੇ, ਵੱਡੀਆਂ ਸਿੰਘ ਆਪਣੇ ਟਰੈਕਟਰ ਲੈ ਕੇ ਆਏ ਹੋਏ ਨੇ, ਇੱਥੋਂ ਤੱਕ ਫੋਰ ਟਰੈਕਟਰ ਅਤੇ ਲੰਡੀਆਂ ਜੀਪਾਂ ਅਤੇ ਹੱਕ ਸੱਚ ਦੀ ਆਵਾਜ਼ ਭਾਈ ਜਗਜੀਤ ਸਿੰਘ ਜੀਤਾ ਕੇ ਟੀ ਵੀ ਹੱਕ ਸੱਚ ਦੀ ਆਵਾਜ਼। ਜੀਤਾ ਜੀ ਇੱਕ ਅੱਧਾ ਮਿੰਟ ਲੈਣਾ, ਕਾਫਲਾ ਜਿਹੜਾ ਚੱਲਣ ਲੱਗਾ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਿਲਕੁਲ, ਪੰਜਾਬ ਦੀ ਜਿਹੜੀ ਕਿਸਾਨਾਂ ਦੀ ਲੜਾਈ ਹੈ ਉਸ ਜਦੋਂ ਜਹਿਦ ਦੇ ਵਿੱਚ ਜੋ ਕਿ ਦਿੱਲੀ ਦੀ ਸਰਕਾਰ ਬੈਠੇ ਹੁਕਮਰਾਨਾਂ ਨੇ ਜੋ ਸਾਈਨ ਕੀਤੇ ਨੇ, ਡੈਥ ਵਾਰੰਟ ਨੇ ਕਿਸਾਨਾਂ ਦੇ, ਜੇ ਅੱਜ ਕਿਸਾਨ ਪੰਜਾਬ 'ਚ ਵੱਸਦੇ ਜਾਂ ਬਾਹਰਲੇ ਕਿਸਾਨ ਅਸੀਂ ਇਕੱਠੇ ਨਾ ਹੋਏ ਤਾਂ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਜਿਸ ਦਿਨ ਅਸੀਂ ਇਹਨਾਂ ਦੇ ਕੰਮ ਕਰਾਂਗੇ ਵੱਡੇ ਕੋਪਰੇਟ ਘਰਾਣਿਆਂ ਲਈ। ਸੋ ਮੈਨੂੰ ਲੱਗਦਾ ਕਪਤਾਨ ਸਿੰਘ ਜੀ ਕਿਸਾਨਾਂ ਦੇ ਪੁੱਤ ਪਸੀਨੇ ਵਹਾਏ ਹੋਏ ਨੇ,
ਅਤੇ ਅਸੀਂ ਕਿਸਾਨਾਂ ਦੀ ਪੀੜ ਜਾਣਦੇ, ਸੋ ਇਸ ਕਰਕੇ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਉਹਨਾਂ ਦੇ। ਇਹ ਬਾਹਰਲੀ ਕੰਟਰੀ ਦੇ ਵਿੱਚ ਵੀ ਜੇ ਕਹੀਏ ਇੰਗਲੈਂਡ ਵਿੱਚ ਵੀ ਅਸੀਂ ਉਹਨਾਂ ਪੰਜਾਬ ਦੇ ਭਰਾਵਾਂ ਦੇ ਨਾਲ ਆ। ਧੰਨਵਾਦ ਜੀ, ਅਤੇ ਕਿਉਂਕਿ ਮੈਂ ਤਾਂ ਥੋੜ੍ਹਾ ਟਾਈਮ ਲਿਆ, ਵੀਰ ਜਗਜੀਤ ਸਿੰਘ ਜੀ ਨੇ ਵੀ ਜਿਹੜਾ ਵਾ ਉਹ ਮੀਡੀਆ 'ਤੇ ਚੱਲਣਾ, ਅਤੇ ਆਹ ਵੇਖੋ ਜਿਹੜੀਆਂ ਜੀਭਾਂ ਨੇ ਉਹ ਅੱਜ ਇਹ ਪੰਜਾਬ ਤੋਂ ਮੇਰਾ ਖਿਆਲ ਤਿਆਰ ਹੋ ਕੇ ਇੱਥੇ ਜੀਭਾਂ ਪਹੁੰਚੀਆਂ ਨੇ, ਇਹ ਪੰਜਾਬ ਦੀ ਧਰਤੀ ਤੋਂ ਤਿਆਰ ਹੋ ਕੇ ਜੀਭਾਂ ਆਈਆਂ ਨੇ, ਔਰ ਇਹ ਸੰਘਰਸ਼ ਜਿਹੜਾ ਹੈ ਉਹ ਪੰਜਾਬ ਵਾਸਤੇ ਹੀ ਹੋ ਰਿਹਾ। ਕਾਫਲੇ ਦੀ ਜਿਹੜੀ ਹੈ ਉਹ ਸ਼ੁਰੂਆਤ ਹੋਣ ਲੱਗੀ ਆ। ਨੌਜਵਾਨ ਜਿਹੜੇ ਵੀਰ ਨੇ ਉਹ ਮੋਟਰਸਾਈਕਲਾਂ ਦੇ ਉੱਪਰ ਆਪਣੇ ਮੋਟਰਸਾਈਕਲਾਂ ਦੇ ਰਾਹੀਂ ਇੱਥੋਂ ਕਾਫਲਾ ਜਿਹੜਾ ਚੱਲਣਾ, ਇੱਥੋਂ ਜਿਹੜਾ ਸੰਘਰਸ਼ ਹੈ ਇੰਗਲੈਂਡ ਦੀਆਂ ਗਲੀਆਂ ਦੇ ਉੱਪਰ, ਇੰਗਲੈਂਡ ਦੀਆਂ ਸੜਕਾਂ ਦੇ ਉੱਪਰ ਇਹ ਸੰਘਰਸ਼ ਜਿਹੜਾ ਸ਼ੁਰੂ ਹੋਣ ਲੱਗਾ। ਇਹ ਪੰਜਾਬਾਂ ਦੇ ਪੰਜਾਬ ਦੇ ਹੱਕਾਂ ਦੀ ਗੱਲ ਕਰੇਗਾ, ਇਹ ਕਿਸਾਨਾਂ ਦੇ ਹੱਕਾਂ ਦੀ ਗੱਲ ਕਰੇਗਾ, ਇਹ ਤੁਸੀਂ ਵੇਖ ਸਕਦੇ ਹੋ ਇਹ ਪੰਜਾਬ ਦੀ ਮਿੱਟੀ ਦੀ ਗੱਲ ਹੈ। ਇਹ ਜੀਭਾਂ ਵੀ ਪੰਜਾਬ ਦੀ ਧਰਤੀ ਤੋਂ ਤਿਆਰ ਹੋ ਕੇ ਆਈਆਂ, ਇਹਨੂੰ ਪੰਜਾਬ ਦਾ ਲੋਹਾ ਲੱਗਾ, ਪੰਜਾਬ ਦਾ ਲੋਹਾ ਬਟਾਲੇ ਦੇ ਵਿੱਚ ਬਹੁਤ ਬਣਦਾ। ਇਹ ਇੰਨਾ ਪੰਜਾਬ ਦਾ ਵਿਦੇਸ਼ੀ ਸਿੱਖਾਂ ਨਾਲ ਪਿਆਰ ਹੈ, ਇਹਨਾਂ ਨੇ ਮੋਟਰਸਾਈਕਲ ਪੰਜਾਬ ਤੋਂ ਮੰਗਾਏ ਨੇ, ਇਹਨਾਂ ਨੇ ਜੀਪਾਂ ਪੰਜਾਬ ਤੋਂ ਮੰਗਾਈਆਂ ਨੇ, ਔਰ ਇਹ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਹੋਏ ਨੇ। ਅੱਜ ਇਹ ਹਾਈ ਸਟਰੀਟ ਸਮੈਦਕ ਤੋਂ ਇਹ ਰੋਸ ਰੈਲੀ, ਇਹ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਵਾਲੀ ਰੈਲੀ, ਇਹ ਨੌਜਵਾਨਾਂ ਦਾ ਜਿਹੜਾ ਸਲਾਬ ਹੈ ਅੱਜ ਵੱਡੀ ਗਿਣਤੀ ਦੇ ਵਿੱਚ ਕਾਰਾਂ ਦੇ ਵਿੱਚ ਮੋਟਰਸਾਈਕਲ ਜੀਭਾਂ ਅਤੇ ਟਰੈਕਟਰ ਰਾਹੀਂ ਇਹ ਕਾਫਲਾ ਜਿਹੜਾ ਉਹ ਚੱਲੇਗਾ। ਇਹ ਆਪਣੇ ਕਿਸਾਨ ਭਰਾਵਾਂ ਦੇ ਹੱਕ ਦੀ ਗੱਲ ਹੈ। ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਜਿਹੜੇ ਨੇ, ਕਿਸਾਨ ਮਜ਼ਦੂਰ ਏਕਤਾ, ਸਤਿ ਸ੍ਰੀ ਅਕਾਲ। ਹਾਂਜੀ ਦਰਸ਼ਕੋ, ਇਸ ਵੇਲੇ ਆਪਾਂ ਸਮੈਦਕ ਜਿਹੜਾ ਹਾਈ ਸਟਰੀਟ ਆ ਉਹਦੇ ਪਿਛਲੇ ਪਾਸੇ ਜਿਹੜਾ ਰੋਡ ਆ ਉੱਥੇ ਤਿਆਰੀ ਹੋ ਰਹੀ ਆ, ਅਤੇ ਤੁਸੀਂ ਦੇਖ ਰਹੇ ਹਾਂ ਜੀਪਾਂ ਜਿਹੜੀਆਂ ਉਹ ਕਾਰਾਂ ਦੇ ਵਿੱਚ, ਇੱਥੋਂ ਤੱਕ ਮੋਟਰਸਾਈਕਲ ਜਿਹੜੇ ਆ, ਮਤਲਬ ਤੁਸੀਂ ਆਹ ਦੇਖ ਲਓ ਸਾਰੇ ਮੋਟਰਸਾਈਕਲ ਪੰਜਾਬ ਦੀ ਧਰਤੀ ਤੋਂ ਮਤਲਬ ਮੰਗਾਏ ਹੋਏ ਆ, ਅਤੇ ਇਸੇ ਤਰ੍ਹਾਂ ਲੰਡੀ ਜੀਪ ਉਹ ਵੀ ਖੜ੍ਹੀ ਆ, ਅਤੇ ਵੱਡੀ ਲੋਰੀ ਉਹ ਵੀ ਤੁਸੀਂ ਦੇਖ ਰਹੇ ਹਾਂ ਪਿੱਛੇ ਖੜ੍ਹੀ ਆ। ਸੋ ਮਿਸਟਰ ਇੰਡੀਆ ਗੱਡੀ ਦੇ ਵਿੱਚ ਲਿਖਿਆ ਹੋਇਆ। ਹਾਂਜੀ, ਅਤੇ ਰੈਲੀ ਤਕਰੀਬਨ ਜਿਹੜੀ ਸ਼ੁਰੂ ਹੋਣ ਲੱਗੀ ਆ, ਅਤੇ ਉਸ ਤੋਂ ਬਾਅਦ ਜਿਹੜਾ ਟਰੈਕਟਰ ਦਾ ਦੇਖੋ, ਟਰੈਕਟਰ ਦਾ ਨਜ਼ਾਰਾ, ਇਹ ਉਹ ਟਰੈਕਟਰ ਸ਼ਹੀਦ ਭਗਤ ਸਿੰਘ ਜਿਨ੍ਹਾਂ ਦੀ ਤਸਵੀਰ ਲੱਗੀ ਹੋਈ ਆ, ਕਿ ਅੱਜ ਉਹਨਾਂ ਦਾ ਜਨਮ ਦਿਨ ਵੀ ਆ। ਗੱਲਬਾਤ ਕਰ ਰਹੇ ਹਾਂ, ਅਤੇ ਵੱਡੀਆਂ ਵੱਡੀਆਂ ਗੱਡੀਆਂ ਜਿਹੜੀਆਂ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਆ, ਅਤੇ ਸਾਰੀ ਮਤਲਬ ਜਿਹੜੀ ਜਿੰਨੇ ਵੀ ਇੱਕ ਤਾਂ ਕਰੋਨਾ ਕਰਕੇ ਜਿਹੜਾ COVID-19 ਕਰਕੇ ਥੋੜ੍ਹੀ ਪ੍ਰੋਬਲਮ ਆ, ਅਤੇ ਜਿਹੜਾ ਨਹੀਂ ਜਿੱਦਾਂ ਜ਼ਿਆਦਾ ਸੰਗਤ ਆ ਸਕਦੀ, ਪਰ ਫਿਰ ਵੀ ਜਿੰਨੀ ਸੰਗਤ ਇੱਥੇ ਆਈ ਆ ਉਹ ਜਿਹੜੀ ਆ ਰੈਲੀ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਈ ਆ। ਸੋ ਅਸੀਂ ਕੋਸ਼ਿਸ਼ ਕੀਤੀ ਆ ਆਵਾਜ਼ੇ ਕੌਮ ਵੱਲੋਂ ਕਿ ਤੁਹਾਨੂੰ ਜਿੰਨਾ ਵੀ ਪ੍ਰੋਗਰਾਮ ਹੈਗਾ ਸਾਰਾ ਲਾਈਵ ਦਿਖਾਈਏ। ਹਾਂਜੀ, ਅਤੇ ਭਾਈ ਕਪਤਾਨ ਸਿੰਘ ਹੋਣੀ ਜਿੱਦਾਂ ਮੇਰੇ ਨਾਲ ਜਿਹੜਾ ਸਹਿਯੋਗ ਦੇ ਰਹੇ ਨੇ, ਉਹ ਵੀ ਮਤਲਬ ਕੰਮ ਤੋਂ ਸਿੱਧੇ ਇੱਥੇ ਆਏ ਹੋਏ ਆ, ਅਤੇ ਇਹ ਸਿਰਫ ਦਿਖਾਉਣ ਵਾਸਤੇ, ਪੰਜਾਬ ਦੇ ਕਿਸਾਨਾਂ ਨੂੰ ਦੱਸਣ ਵਾਸਤੇ, ਪੰਜਾਬ ਦੇ ਲੋਕਾਂ ਨੂੰ ਦੱਸਣ ਵਾਸਤੇ ਕਿ ਜਿਹੜਾ ਵਿਦੇਸ਼ਾਂ ਦਾ ਪੰਜਾਬੀ ਆ, ਸਿੱਖ ਆ, ਖਾਸ ਤੌਰ 'ਤੇ ਪੰਜਾਬ ਨਾਲ ਸੰਬੰਧਿਤ ਆ, ਉਹ ਸਾਰੇ ਜਿੱਦਾਂ ਇੱਥੇ ਜਿਹੜੇ ਆਏ ਹੋਏ ਆ, ਉਹਦਾ ਕਾਰਨ ਇਹੀ ਆ ਕਿ ਉਹ ਰੈਲੀ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਪੰਜਾਬ ਦੇ ਸਿੱਖਾਂ ਨੂੰ, ਭਾਵੇਂ ਚਲੋ ਜਿਸ ਤਰ੍ਹਾਂ COVID-19 ਕਰਕੇ ਜ਼ਿਆਦਾ ਵੱਡੀ ਰੈਲੀ ਨਹੀਂ ਕਰ ਸਕਦੇ, ਪਰ ਫਿਰ ਵੀ ਜਿੰਨੀ ਕੁ ਕਰ ਰਹੇ ਆ ਉਹਦੇ ਹਿਸਾਬ ਨਾਲ ਬਹੁਤ ਵਧੀਆ ਆ ਨੌਜਵਾਨਾਂ ਵੱਲੋਂ ਕਿਸਾਨਾਂ ਦੇ ਹੱਕ 'ਚ, ਕਿਉਂਕਿ ਹਰੇਕ ਬੰਦਾ ਜਿਹੜਾ ਪੰਜਾਬ ਦੀ ਕਿਸਾਨੀ ਦੇ ਨਾਲ ਜੁੜਿਆ ਹੋਇਆ, ਅਤੇ ਇਸ ਕਰਕੇ ਤੁਸੀਂ ਦੇਖ ਰਹੇ ਹਾਂ ਇੰਗਲੈਂਡ ਦੇ ਵਿੱਚੋਂ ਪੰਜਾਬ ਦੇ ਕਿਸਾਨਾਂ ਵਾਸਤੇ ਜਿਹੜੀ ਆ ਕਿਸਾਨੀ ਆ ਉਹਦੇ ਨਾਲ ਉਹਦੇ ਵਾਸਤੇ ਜਿਹੜਾ, ਕਿਉਂਕਿ ਮੋਟਰਸਾਈਕਲਾਂ ਦੀ ਆਵਾਜ਼ ਗੂੰਜ ਕਾਫੀ ਆ। ਸੋ ਆਪਾਂ ਬਾਅਦ ਦੇ ਵਿੱਚ ਜਦੋਂ ਤੁਰਦੇ ਹਾਂ ਉਦੋਂ ਫਿਰ ਗੱਲਬਾਤ ਕਰਦੇ ਹਾਂ।
जिंदाबाद जिंदाबाद मुर्दाबाद मुर्दाबाद। हाँ जी दर्शको जी रैली है चल पी है तो नारे लग रहे ने जीपा आ रही ने ट्रैक्टर भी फोर्ड के जड़े मगर आ रहे हैं। मेरे नाल बलजिंदर सिंह जी जड़े तकरीबन हरेक मीडिया से रह चुके हैं, इन्हों भी पुछते हैं कि तुम कि महसूस कर रहे हैं जी। देखो जी एज ए मीडिया परसन की जो गल करिए जी इस वे मैं लगता कि अज मैं थोड़ी जी मीडिया परसन के नाते नहीं मैं अज गल करूँगा कि जी असी भी किसानी परिवार ने जुड़े हुए हैं। ठीक असी हमेशा कहने जी मैं किसान मेरा प्यो किसान साढ़े पूर्वज किसान तो उस किसानी जड़ा के नाल ही असी इत तक पहुँचे हाँ। पर जो अज रघवीर सिंह जी पंजाब दे विच मारू नीतियां किसानों लिए आ रही ने अज हालांकि कुछ क इदा के लोगों ने क्लिप भी पाई ली जी ये नीति यह बहुत वधिया जी प्राइवेटाइज हो रही है खेती हाँ। पर उन्होंने लोगों को समझना पेगा कि तुहाडे आलू प्याज तुहाडे टमाटर सब्जी जिहड़ी कि पहले ही प्राइवेट विकती आ ते तुसी रोने हो कि जी अज यही जाके ना भावे फ्री च आलू सुट आईए हाँ। पर जे यही हाल रहे तो फिर हुण तुहानू पता ही है ये जिहड़ा मुड़ के जिहड़ी कणक है किलो किलो नू विकेगी बनी हुई है। ऑलरेडी पंजाब दे कुछ वड्डिया शहरां दे लागे लागे उन्होंने अपने स्टोर बना ले ने रिलायंस कंपनी ने जां जिहड़े होर वड्डियां जिहड़ियां प्राइवेट कंपनियां ने जिन्हां दे नाल कहिंदे जी मोदी दी सैटिंग आ। सो इदां दीआं गल्लां सामने आ रहीआं ने। फिलहाल देखो कि जी हो सकदा सरकार एक दो साल लई कोई लोलीपॉप दे देवे चंगा रेट दे के पर बाद विच लोंग टर्म च की होणा इहदे बारे कोई हजे कोई भी नहीं कीता गिआ आपां नहीं कीता जा सकदा। जिवें आपणे बलजिंदर सिंह जी दसदे आ ना जदों जीओ दा सिम आया फ्री फ्री दे विच फ्री जा हुण अज देखो आज देखो सिम ओदी प्राइस देखो लो जी इस वेले भाई कप्तान सिंह जी हाँ जी नारे लाउंदे आ रहे नारे लाउंदे आ रहे ने जी ये देखो जोश है जी हाँ। रघवीर सिंह जी देखो तुसी भी लंबे समय तो इत्थे यूके दे विच रह रहे हो तुहाडा भी पिछे किसानी परिवार है ठीक। सो तुसी की सोचदे हो कि जी जिहड़ियां सरकार दी हमेशा नीतियां रहियां ने पर जे आपां इत्थे नाल दे नाल गल होर भी सांझी करिए अपनी ऑडियंस नाल यही मंगा तां सन संत जरनैल सिंह पिंडरालिया दी देखो जी जिहड़ा धर्म युद्ध मोर्चा उहदे च 53 जां 55 जिहड़ियां मंगां आ बिल्कुल जी उहदे च जिहड़ी इह सब तों जिहड़ी वड्डी मंग इह जिहड़ी मतलब हर मतलब आढ़तीए लई भी किसान लई भी मजदूर लई भी उहदे च मंगां सीगियां पर किसानां वास्ते क्या भी जिहड़ियां जिद्दां बाकी चीज़ां दा रेट जिहड़े आ जिहदा जिहनूं उह मतलब बणाउंदा आ जां मेक करदा आ उहनूं हक आ ते इस तरह किसान नूं हक चाहिए कि जिहड़ी फसल आ उहदा जिहड़ा हक रेट बनाउण दा उह किसान को होना चाहिए। तो जे कितें अज तो मतलब आपां कहिंदे 36 साल पहलां जदों आनंदपुर साहब दा मता सी जे पंजाब दे लोकां ने काश इह चीज़ नूं उदों जाणिया हुंदा पहचाणिया हुंदा लोक नाल खड़दे जदों पंजाबी दी मरदमशुमारी होई उदों भी खड़दे उदों भी अपनी भाषा नूं हिंदी ना लिखाउंदे ते अज सानूं आह दिन जिहड़े आ देखणे नहीं सी पैणे।
ਸੋ ਹਾਲੇ ਵੀ ਕੀ ਕਹਿੰਦੇ ਹੁੰਦੇ ਡੁੱਲਿਆਂ ਬੇਰਾਂ ਦਾ ਕੱਖ ਨਹੀਂ ਵਿਗੜਿਆ। ਹਾਲੇ ਵੀ ਜੇ ਲੋਕ ਸਮਝ ਜਾਣ ਜੋ ਅਨੰਦਪੁਰ ਸਾਹਿਬ ਦਾ ਮਤਾ ਆ, ਜੇ ਕਿਤੇ ਉਹਨੂੰ ਮਤਲਬ ਆ ਉੱਤੇ ਪਹਿਰਾ ਦੇ ਕੇ ਹਰ ਪੰਜਾਬੀ, ਕਿਉਂਕਿ ਜਿਹੜਾ ਸਿੱਖਾਂ ਦੀਆਂ ਮੰਗਾਂ ਉਹ ਇੱਕ ਵੱਖਰੀ ਚੀਜ਼ ਆ, ਉਹ ਆਪਾਂ ਜਿਹੜਾ ਸਿੱਖ ਸੰਘਰਸ਼ ਲੜਦੇ ਆ ਉਹ ਲੜਨਾ ਹੀ ਲੜਨਾ, ਜਿੱਦਾਂ ਕਿ ਜਿਹੜੀ ਧਾਰਮਿਕ ਚੀਜ਼ ਆ। ਪਰ ਪੰਜਾਬ ਦੇ ਹੱਕਾਂ ਲਈ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਆ ਨਾ, ਉਹ ਬਹੁਤ ਸਹਾਈ ਹੋ ਸਕਦਾ, ਬਹੁਤ ਜ਼ਿਆਦਾ ਸਹਾਈ ਹੋ ਸਕਦਾ। ਇੱਕ ਜ਼ਰੂਰ ਰਘਵੀਰ ਸਿੰਘ ਜੀ, ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ। ਹਾਂ ਕਿ ਜੀ, ਅਸੀਂ ਦੇਖਿਆ ਕਿ ਮੋਦੀ ਨੇ ਜਿਹੜੇ ਫੈਸਲੇ ਲਏ ਨੇ ਕਦੀ ਵਾਪਸ ਨਹੀਂ ਲਏ, ਪਰ ਜਿਹੜਾ ਹੁਣ ਇਹ ਬਿੱਲ ਆ, ਤੁਹਾਨੂੰ ਕੀ ਲੱਗਦਾ ਕਿ ਇਹ ਵਾਪਸ ਲਿਆ ਜਾ ਸਕਦਾ ਜਾਂ ਨਹੀਂ? ਦੋ ਚੀਜ਼ਾਂ ਆ, ਜਦੋਂ ਵੀ ਕੋਈ ਲਹਿਰਾਂ ਉੱਠੀਆਂ ਭਾਵੇਂ ਸਾਰੇ ਦੇਸ਼ ਦੇ ਵਿੱਚ ਉਹ ਮਸਲ ਦਿੱਤੀਆਂ ਜਾਣ, ਪਰ ਪੰਜਾਬੀਆਂ ਦੀ ਲਹਿਰ ਜਿਹੜੀ ਉੱਠੀ ਆ ਉਹਨੂੰ ਮਸਲਣਾ ਬਹੁਤ ਔਖਾ ਆ, ਉਹਨੂੰ ਮਸਲਿਆ ਨਹੀਂ ਗਿਆ ਅੱਜ ਤੱਕ, ਉਹਨੂੰ ਮਤਲਬ ਲਹਿਰ ਨੂੰ ਦਬਾਇਆ ਨਹੀਂ ਗਿਆ, ਬਹੁਤ ਔਖਾ ਆ ਦਬਾਉਣਾ। ਸੋ ਲੱਗਦਾ ਨਹੀਂ ਕਿ ਇਹ ਲਹਿਰ ਜਿੱਦਾਂ ਮਤਲਬ ਦੋ ਚਾਰ ਦਿਨ ਦਾ ਜਿੱਦਾਂ ਆਪਾਂ ਕਹੀਏ ਵੀ ਮੀਂਹ ਪੈ ਗਿਆ ਜਾਂ ਹਟ ਜਾਊਗੀ, ਇਹ ਲਹਿਰ ਨੇ ਹੋ ਸਕਦਾ ਵੀ ਲਹਿਰ ਆਜ਼ਾਦੀ ਦੀ ਲਹਿਰ ਹੀ ਲਹਿਰ ਨਾ ਬਣ ਜਾਵੇ। ਉਹਨਾਂ ਨੂੰ ਸੋਚ ਲੈਣਾ ਚਾਹੀਦਾ ਦੇਸ਼ ਦੇ ਹਾਕਮਾਂ ਨੂੰ ਵੀ ਜੇ ਤਾਂ ਅੱਜ ਵੀ ਉਹ ਕਿਸਾਨਾਂ ਦੇ ਨਾਲ ਪੰਜਾਬ ਨਾਲ ਖੜਨਗੇ, ਇਹਨੂੰ ਕਸ਼ਮੀਰ ਨਾ ਸਮਝਣ, ਜਿਹੜਾ ਪੰਜਾਬ ਆ ਇਹਨੂੰ ਕਸ਼ਮੀਰ ਨਾ ਸਮਝਣ। ਹਾਂ ਹਾਂ, ਵੀ ਜਿੱਦਾਂ ਜਿਹੜੀ ਧਾਰਾ 370 ਸੀਗੀ ਨਾ, ਵੀ ਉਹ ਤੋੜ ਕੇ ਵੀ ਜਿੱਦਾਂ ਉਹਨਾਂ ਨੇ ਕਰ ਲਿਆ ਸੀਗਾ ਵੀ ਹੁਣ ਇੱਥੇ ਕਿਹੜੀ ਹੋ ਚੱਲਿਆ, ਅਤੇ ਉਹਨਾਂ ਨੂੰ ਦਬਾ ਲਿਆ ਫੌਜ ਦੇ ਨਾਲ, ਅਤੇ ਫੌਜੀ ਹਮਲਾ ਕਰਕੇ ਤਾਂ ਭਾਰਤ ਸਰਕਾਰ ਆਲਰੇਡੀ ਦੇਖ ਚੁੱਕੀ ਆ ਵੀ ਉਦੋਂ ਬਾਅਦ ਕੀ ਹੋਇਆ। ਸੋ ਇਸ ਕਰਕੇ ਇੱਦਾਂ ਦੇ ਹਾਲਾਤਾਂ ਵੱਲ ਸਰਕਾਰ ਨੂੰ ਨਹੀਂ ਜਾਣਾ ਚਾਹੀਦਾ, ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਪਛਾਣਨਾ ਚਾਹੀਦਾ। ਪਰ ਰਘਵੀਰ ਸਿੰਘ ਜੀ, ਜਿਹੜੀਆਂ ਕਿ ਜਿਹੜੀਆਂ ਮੰਗਾਂ ਹੁੰਦੀਆਂ ਨੇ, ਜਾਂ ਆਪਾਂ ਹੁਣ ਗੱਲ ਕਰਦੇ ਹਾਂ ਕਿ ਜਿਹੜਾ ਇਹ ਬਿੱਲ ਪਾਸ ਹੋਇਆ, ਹਾਂ, ਅਤੇ ਇਸ ਬਿੱਲ ਪਾਸ ਹੋਣ ਦੇ ਪਿੱਛੇ ਜਿਹੜੀਆਂ ਕਿ ਇੱਕ ਲੰਬੀ ਸਾਜ਼ਿਸ਼ ਵੀ ਮੰਨੀ ਜਾਂਦੀ ਹੈ, ਪਰ ਉੱਥੇ ਹੀ ਜਿਹੜਾ ਬਾਹਰ ਬੈਠਾ ਪੰਜਾਬੀ ਨੌਜਵਾਨ ਜਾਂ ਪੰਜਾਬੀ ਭਾਈਚਾਰਾ, ਉਹ ਕਿੱਦਾਂ ਹੈਲਪ ਕਰੇ ਇਸ ਵੇਲੇ ਉੱਥੋਂ ਦੇ ਕਿਸਾਨੀ ਦੀ? ਉਹ ਬਲਜਿੰਦਰ ਸਿੰਘ ਜੀ, ਦੇਖੋ ਆ ਜਿੱਦਾਂ ਆਪਾਂ ਅੱਜ ਕਰ ਰਹੇ ਹਾਂ, ਆਵਾਜ਼ ਬਣ ਰਹੇ ਉਹਨਾਂ ਦੀ, ਆਪਾਂ ਨੂੰ ਆਵਾਜ਼ ਬਣਨਾ ਚਾਹੀਦਾ। ਸਾਨੂੰ ਇੱਥੇ ਦੀਆਂ ਜਿਹੜੀਆਂ ਮਤਲਬ, ਚਲੋ ਇੱਥੇ ਦੀਆਂ ਸਰਕਾਰਾਂ ਭਾਵੇਂ ਨਹੀਂ ਕੁਛ ਕਰ ਸਕਦੀਆਂ, ਸਾਨੂੰ ਜਿਹੜੀ ਇੰਡੀਅਨ ਅੰਬੈਸੀ ਆ, ਜਿੰਨੇ ਵੀ ਦੇਸ਼ ਆ ਉਹਨਾਂ ਦੇ ਵਿੱਚ ਜਿਹੜੇ ਮਤਲਬ, ਚਾਹੇ ਉਹ ਕਾਂਗਰਸ ਨਾਲ ਸੰਬੰਧਿਤ ਆ, ਚਾਹੇ ਉਹ ਅਕਾਲੀਆਂ ਨਾਲ ਸੰਬੰਧਿਤ ਆ, ਚਾਹੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆ, ਜਾਂ ਆਮ ਸਿੱਖ ਆ, ਹਰ ਇੱਕ ਨੂੰ ਸਾਂਝੇ ਰੂਪ 'ਚ ਮੋਮੈਂਟਮ ਦੇਣਾ ਚਾਹੀਦਾ, ਉਹਨਾਂ ਨੂੰ ਮਤਲਬ ਲਿਖ ਕੇ ਦੇਣਾ ਚਾਹੀਦਾ। ਕਈ ਚੀਜ਼ਾਂ ਹੁੰਦੀਆਂ, ਅਸੀਂ ਵਿਰੋਧ ਦੇ ਵਿੱਚ ਰਹਿੰਦੇ ਵੀ ਅਸੀਂ ਨਹੀਂ ਇੰਡੀਆ ਦੇ ਕੋਲ ਜਾਣਾ, ਜਾਂ ਅਸੀਂ ਇੰਡੀਆ ਹਾਊਸ ਦੇ ਅੱਗੇ ਨਹੀਂ ਜਾਣਾ, ਆਪਾਂ ਮੁਜ਼ਾਹਰਾ ਕਰਨ ਜਾਂਦੇ ਹਾਂ, ਲੇਕਿਨ ਆਪਾਂ ਮੋਮੈਂਟਮ ਨਹੀਂ ਦਿੰਦੇ, ਆਪਾਂ ਲਿਖਤੀ ਰੂਪ ਦੇ ਵਿੱਚ ਕੁਛ ਨਹੀਂ ਦਿੰਦੇ। ਮੇਰਾ ਆਪਣਾ ਵਿਚਾਰ ਆ, ਬਾਕੀ ਕਿਸੇ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਉਹਦੀ ਆਪਦੀ ਗੱਲ ਆ, ਪਰ ਜੇ ਆਪਾਂ ਉਹਨਾਂ ਨੂੰ ਦੇਵਾਂਗੇ ਤਾਂ ਗੱਲ ਜਿਹੜੀ ਆ ਇੱਕ ਹਿਸਟਰੀ ਬਣੂਗੀ, ਲੋਕਾਂ ਨੂੰ ਉੱਥੇ ਹੋਊਗਾ ਕਿ ਵਿਰੋਧ ਇਕੱਲਾ ਪੰਜਾਬ 'ਚ ਨਹੀਂ, ਦੁਨੀਆਂ ਭਰ 'ਚੋਂ ਵਿਰੋਧ ਹੋ ਰਿਹਾ ਹੈ। ਓਕੇ, ਤੁਹਾਡਾ ਬਹੁਤ ਬਹੁਤ ਧੰਨਵਾਦ ਰਘਵੀਰ ਸਿੰਘ ਜੀ, ਮਿਹਰਬਾਨੀ ਜੀ। ਇਹ ਸਨ ਸਾਡੇ ਨਾਲ ਮੀਡੀਆ ਕਰਮੀ ਆਵਾਜ਼ੇ ਕੌਮ ਦੇ ਮੁੱਖ ਸੇਵਾਦਾਰ ਭਾਈ ਰਘਵੀਰ ਸਿੰਘ ਜੀ, ਜਿਹੜੇ ਕਿ ਹਮੇਸ਼ਾ ਹੀ ਹਰੇਕ ਮੁੱਦੇ ਦੇ ਉੱਤੇ ਜਿਹੜਾ ਕਿ ਪੰਜਾਬ ਨਾਲ ਜੁੜਿਆ ਹੁੰਦਾ ਉਹਨੂੰ ਆਪਣੇ ਚੈਨਲ ਰਾਹੀਂ ਵੀ ਘਰ ਘਰ ਪਹੁੰਚਾਉਂਦੇ ਨੇ। ਇਸ ਵੇਲੇ ਆਵਾਜ਼ੇ ਕੌਮ 'ਤੇ ਬ੍ਰਿਟਿਸ਼ ਪੰਜਾਬੀ ਟੀ ਵੀ ਤੁਸੀਂ ਲਾਈਵ ਸਾਂਝੇ ਰੂਪ ਦੇ ਵਿੱਚ ਇਹ ਪ੍ਰੋਗਰਾਮ ਲਾਈਵ ਦੇਖਦੇ ਹੋ, ਅਤੇ ਇਸ ਵੇਲੇ ਅਸੀਂ ਗੁਰੂ ਨਾਨਕ ਗੁਰਦੁਆਰਾ ਸਮੈਜਿਕ ਦੇ ਬਾਹਰ ਹਾਂ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ। ਹਾਂਜੀ, ਰੈਲੀ ਸਟਾਰਟ ਹੋ ਚੁੱਕੀ ਆ, ਭਾਵੇਂ ਅੱਗੇੜਾ ਦੇ ਵੀ ਚੁੱਕੇ ਹਾਂ, ਲੇਕਿਨ ਹੁਣ ਰੈਲੀ ਜਿਹੜੀ ਆ ਆਰੰਭ ਹੋ ਚੁੱਕੀ ਆ। ਬਿਲਕੁਲ ਜੀ, ਹਾਂਜੀ, ਅਤੇ ਨੌਜਵਾਨ ਜਿਹੜੇ ਬੱਚੇ ਬੱਚੀਆਂ ਮਤਲਬ ਉਹ ਜਿਹੜੇ ਮੈਂ ਇਹ ਕਹਾਂਗਾ, ਚਲੋ ਭਾਵੇਂ ਹਾਲੇ ਜਿਹੜੀਆਂ ਪੰਥਕ ਜਥੇਬੰਦੀਆਂ ਉਹਨਾਂ ਨੂੰ, ਕਿਉਂਕਿ ਸ਼ਾਇਦ ਇਹ ਪਤਾ ਵੀ ਨਹੀਂ ਸੀਗਾ ਕਿ ਅੱਜ ਰੈਲੀ ਨੌਜਵਾਨਾਂ ਨੇ ਕਰਨੀ ਆ, ਪਰ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵੀ ਜ਼ਰੂਰ ਇਸ ਚੀਜ਼ 'ਤੇ ਆਪਣਾ ਜਿਹੜਾ ਜ਼ਰੂਰ ਮਤਲਬ ਇਹ 'ਤੇ ਵਿਚਾਰ ਵਟਾਂਦਰਾ ਕਰਕੇ ਕੋਈ ਵੱਡਾ ਪ੍ਰੋਗਰਾਮ ਲੀਕਨ ਇੰਗਲੈਂਡ ਦੇ ਵਿੱਚ, ਤਾਂ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਆ ਉਹ ਬੁਲੰਦ ਕੀਤੀ ਜਾ ਸਕੇ। ਅਤੇ ਸਾਡੇ ਮਗਰ ਕਪਤਾਨ ਸਿੰਘ ਜੀ ਆ ਰਹੇ ਆ, ਨੌਜਵਾਨ ਖੜ੍ਹੇ ਆਲੇ ਦੁਆਲੇ ਕਾਫੀ ਮੋਟਰਸਾਈਕਲ ਦੇ ਪਿੱਛੇ ਵੀ ਆ, ਅਤੇ ਜੇ ਆਪਾਂ ਇੱਧਰ ਨੂੰ ਕੈਮਰਾ ਅੱਗੇ ਨੂੰ ਮਾਰੀਏ ਤਾਂ ਅੱਗੇ ਵੀ ਆ, ਉਹ ਵੀ ਤੁਸੀਂ ਦੇਖ ਸਕਦੇ ਆ। ਸੋ ਇਹ ਕੋਸ਼ਿਸ਼ ਕਰਦੇ ਆ ਕਿ ਇੱਥੋਂ ਜਿੱਦਾਂ ਜਿਹੜੇ ਜਾਣਗੇ ਗੁਰੂ ਨਾਨਕ ਆਪਣੇ ਗੁਰਦੁਆਰਾ ਜਿਹੜਾ ਆਪਣੇ ਹੈਗਾ ਨਿਸ਼ਕਾਮ ਸੇਵਕ ਜਥਾ, ਉੱਥੇ ਜਾਣਗੇ, ਉਸ ਤੋਂ ਬਾਅਦ ਬੈਸਟ ਗਰਾਊਂਡ ਦੇ ਅੱਗੇ ਆਉਂਦੀ ਹੋ ਕੇ ਹੁੰਦੇ ਹੋਏ ਵਾਪਸ ਇੱਥੇ ਆਉਣਗੇ। ਸਿਰਫ ਰੈਲੀ ਜਿੱਦਾਂ ਸੰਕੇਤਕ ਰੈਲੀ ਤਾਂ ਕਰ ਰਹੇ ਨੇ ਕਿ ਤਾਂ ਕਿ ਪੰਜਾਬ ਦੇ ਲੋਕਾਂ ਨੂੰ, ਦੁਨੀਆਂ ਦੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਵਿਦੇਸ਼ਾਂ ਦੇ ਵਿੱਚ ਕਿਸਾਨ ਦੇ ਪੁੱਤ ਬੈਠੇ ਆ, ਉਹ ਕਿਸਾਨ ਜਿਹੜੇ ਪੰਜਾਬੀ ਕਿਸਾਨ ਆ ਉਹਨਾਂ ਨੂੰ ਇਕੱਲੇ ਨਹੀਂ ਮੰਨਦੇ ਵੀ ਉਹ ਇਕੱਲੇ ਆ, ਸਾਡੇ ਭੈਣ ਭਰਾ ਆ। ਸੋ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆਵਾਜ਼ ਬੁਲੰਦ ਕੀਤੀ ਜਾ ਰਹੀ ਆ, ਭਾਵੇਂ ਅੱਜ ਕਹਿੰਦੇ ਨੇ ਸਵਾਇਆ ਨੇ, ਇਹ ਸਵਾਇਆ ਤੋਂ ਇਹ ਕੰਮ ਅੱਗੇ ਵਧਣਾ। ਹਾਂਜੀ ਹਾਂਜੀ, ਜਿਹੜੀ ਅੱਜ ਸੰਕੇਤਕ ਰੈਲੀ ਹੈ, ਹਾਂਜੀ, ਇਹਦਾ ਅਸੀਂ ਇਹ ਕਹਿ ਸਕਦੇ ਹਾਂ ਘੱਟੋ ਘੱਟ ਜਾਗਦਾ ਲੱਗਾ
देखो जी सारे जिन्हें ਜਿੰਨੀਆਂ ਗੱਡੀਆਂ ਅਸੀਂ ਕ੍ਰੋਸ ਕੀਤੀਆਂ ਸਾਰੇ ਰੈਡੀ ਵਾਲੇ ਆ। ਹਾਂ ਆਹ ਦੇਖੋ ਵੱਡੀ ਲਾਰੀ, ਹਾਂਜੀ ਆਹ ਦੇਖੋ ਤੇ ਵੱਡੀ ਲਾਰੀ ਦੇ ਵਿੱਚ ਆ ਤੇ ਇੱਥੇ ਹੀ ਤਰ੍ਹਾਂ ਜਿਹੜਾ ਆਹ ਦੇਖੋ ਆਹ ਜੀਪ ਦੇ ਵਿੱਚ ਵੀ ਆਹ ਦੇਖੋ ਹੌਰਨ ਵੱਜਦੇ ਨੇ ਰੈਲੀ ਜਿੱਦਾਂ ਲੁਧਿਆਣੇ ਹੁੰਦੇ ਆ ਤੇ ਆਹ ਟਰੈਕਟਰ ਆਹ ਫੋਰ ਟਰੈਕਟਰ ਵੀ ਦੇਖ ਲਓ। ਹਾਂਜੀ ਆਹ ਕੈਂਪ ਸਿੰਘ ਨੂੰ ਦੇਖ ਲਓ ਜੀ, ਕੈਂਪ ਸਿੰਘ ਹਾਂਜੀ 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 ਇਸ ਕਰਕੇ ਇਹ ਜਿਹੜਾ ਇਹ ਉਹ ਜੀਤਾ ਜੀ ਆ ਜਿਹੜੇ ਜੀਪ 'ਚ ਬੈਠੇ ਅਤੇ ਨਾਲ ਉਹਨਾਂ ਦੇ ਹੋਰ ਬੰਦੇ ਵੀ ਬੈਠੇ ਆ ਅਤੇ ਸਾਰੇ ਜਿਹੜੇ ਨੌਜਵਾਨ ਜਾਂ ਇਸ ਬੰਦੇ ਵੱਲ ਆਏ ਆ ਕਿ ਰੈਲੀ ਕੱਢ ਕੇ ਮੋਹਰੇ ਲਾਉਣੀ ਹੋਣੀ ਤਾਂ ਤੁਸੀਂ ਤੋਰੋ ਹੈਗਾ ਕਪਤਾਨ ਸਾਹਿਬ ਪਿੱਛੇ, ਚਲੋ ਤੋਰੀ ਜਾਓ ਤੋਰੀ ਜਾਓ। ਇੱਥੋਂ ਦਾ ਨੌਜਵਾਨ ਸਾਰਾ ਭਾਈਚਾਰਾ ਇਸ ਵੇਲੇ ਬਿਲਕੁਲ ਉਹਨਾਂ ਦੇ ਨਾਲ ਹੈ ਅਤੇ ਇਸ ਗੱਲ ਦੇ ਨਾਲ ਤੁਸੀਂ ਜਾਣੂ ਰਹੋਗੇ ਅਤੇ ਜੀ ਆਹ ਦੇਖੋ ਜੀ ਰਾਤ ਦੇ ਸਮੇਂ ਮਤਲਬ ਹੁਣ ਹਨੇਰਾ ਹੋ ਗਿਆ ਫਿਰ ਵੀ ਲਾਈਟਾਂ ਦੇ ਵਿੱਚ ਤੁਸੀਂ ਦੇਖ ਸਕਦੇ ਹਾਂ ਕਿ ਰੈਲੀ ਜਿਹੜੀ ਆ ਜੀਪ ਆ ਪਿੱਛੇ ਲੱਗੀ ਹੋਈ ਆ ਉਹ ਤੋਂ ਪਿੱਛੋਂ ਟਰੈਕਟਰ ਆ, ਟਰੈਕਟਰ ਦੇ ਪਿੱਛੋਂ ਫਿਰ ਇੱਕ ਜੀਪ ਆ ਫਿਰ ਵੱਡੀ ਲਾਰੀ ਆ ਅਤੇ ਅੱਗੇ ਜਿਹੜੇ ਆ ਮੋਟਰਸਾਈਕਲ ਲੱਗੇ ਹੋਏ ਆ ਇਹ ਦੱਸਣ ਵਾਸਤੇ ਕਿ ਪੰਜਾਬ ਜਿਉਂਦਾ ਗੁਰੂ ਦੇ ਨਾਂ ਗੁਰੂਆਂ ਦੇ ਨਾਂ 'ਤੇ ਪਰ ਵਿਦੇਸ਼ਾਂ ਦੇ ਵਿੱਚ ਸਿੱਖ ਆਪਣੇ ਭੈਣਾਂ ਭਰਾਵਾਂ ਦੇ ਨਾਲ ਖੜ੍ਹੇ ਆ ਅਤੇ ਇਹ ਰੈਲੀ ਜਿਹੜੀ ਆ ਹੁਣ ਤੁਰ ਪਈ ਆ ਅਤੇ ਇੱਥੋਂ ਇਹ ਜਿਹੜੀ ਰੈਲੀ ਆ ਹਾਈ ਆਪਣੇ ਨਿਤਾਮ ਸਿੰਘ ਗੁਰਦੁਆਰਾ ਜਿਹੜਾ ਸੋਹਰ ਰੋਡ ਆ ਉੱਥੇ ਜਾਵੇਗੀ, ਉਸ ਤੋਂ ਬਾਅਦ ਅੱਗੇ ਜਿਹੜਾ ਚੱਲ ਕੇ ਬੈਸਟ ਗਰਾਊਂਡ ਅਤੇ ਵਾਪਸ ਜਿਹੜਾ ਇੱਥੇ ਆ ਜਾਊਗਾ। ਹਾਂਜੀ ਹਾਂਜੀ ਭਾਵੇਂ ਲਾਈਟਾਂ ਦੇ ਵਿੱਚ ਤੁਸੀਂ ਦੇਖ ਰਹੇ ਹਾਂ ਮਤਲਬ ਆਪਾਂ ਇਹ ਕਹਿ ਲਈਏ ਸ਼ਾਮ ਦਾ ਟਾਈਮ ਆ ਕਿ ਬਲਜਿੰਦਰ ਸਿੰਘ ਟਾਈਮ ਕੀ ਹੋ ਗਿਆ ਇੰਗਲੈਂਡ ਦਾ? ਇੰਗਲੈਂਡ ਦਾ ਜੀ ਇਸ ਵੇਲੇ ਟਾਈਮ ਸਵਾ ਸੱਤ ਹੋ ਗਿਆ ਜੀ, ਅਸੀਂ ਹੁਣ ਮਤਲਬ ਸਵਾ ਸੱਤ ਮਤਲਬ ਹਨੇਰਾ ਥੋੜ੍ਹਾ ਬੇਚਕ ਹੋ ਗਿਆ, ਤੁਹਾਨੂੰ ਫਿਰ ਵੀ ਆਲਾ ਦੁਆਲਾ ਸਮੈਤ ਗੁਰਦੁਆਰੇ ਦੀ ਅੱਗੇ ਦੀ ਆਪਾਂ ਲੰਘ ਰਹੇ ਹਾਂ ਅਤੇ ਇੱਥੋਂ ਹੀ ਆਪਾਂ ਜਿਹੜਾ ਹੁਣ ਉੱਧਰ ਸ਼ੋਹਰ ਰੋਡ ਵੱਲ ਜਾਵਾਂਗੇ, ਉਸ ਤੋਂ ਬਾਅਦ ਬੈਸਟ ਗਰਾਊਂਡ 'ਚ ਜਾਵਾਂਗੇ ਪੰਜਾਬੀ ਟੀਵੀ ਦੇ ਉੱਤੇ ਪੁਰਾਣ ਗੁਰਦੁਆਰਾ ਸਮੈਤ ਉੱਤੇ ਇੱਕ ਵਾਰ ਫਿਰ ਅੱਗੋਂ ਲੰਘਦੇ ਹੋਈ ਰੈਲੀ ਅਤੇ ਇਸ ਵੇਲੇ ਦੇਖ ਸਕਦੇ ਹੋ ਕਿ ਦੂਰ ਤੱਕ ਇੱਕ ਸੰਕੇਤਕ ਰੂਪ 'ਚ ਸੰਬੋਧਨ ਕਰਦੇ ਹੋਏ ਅਤੇ ਸਾਡੇ ਨਾਲ ਇਸ ਵੇਲੇ ਅਵਤਾਰ ਸਿੰਘ ਜੀ ਖੰਡਾ ਜਿਹੜੇ ਕਿ ਇਸ ਤਰ੍ਹਾਂ ਸਾਡੇ ਨਾਲ ਜੀਪ 'ਚ ਮੌਜੂਦ ਨੇ। ਅਵਤਾਰ ਸਿੰਘ ਜੀ ਇੱਦਾਂ ਇਹ ਕਿਸਾਨ ਮੋਰਚਾ ਹੁਣ ਲੱਗਾ, ਅਸੀਂ ਇਹਨਾਂ ਦੀ ਜੀਪ 'ਚ ਆ ਅਤੇ ਕਿਸਾਨ ਮੋਰਚਾ ਕੀ ਤੁਹਾਨੂੰ ਲੱਗਦਾ ਜੀ ਕਿ ਇੱਕ ਧਰਮਯੁੱਧ ਮੋਰਚੇ ਵਾਂਗੂ ਹੀ ਲੱਗ ਰਿਹਾ ਕਿ ਜਿੱਥੇ ਕਿ ਹੱਕਾਂ ਦੀ ਮੰਗ ਦੇ ਲਈ ਲੜਾਈ ਲੜੀ ਜਾ ਰਹੀ ਹੈ? ਇਹਦੇ 'ਚ ਕੋਈ ਰੋ ਰਹਿਵਾਂ ਨਹੀਂ ਜੀ, ਧਰਮਯੁੱਧ ਮੋਰਚਾ ਜ਼ਰੂਰੀ ਉੱਥੋਂ ਹੋਇਆ ਸੀਗਾ ਪਾਣੀਆਂ ਦੇ ਮਸਲੇ ਨੂੰ ਲੈ ਕੇ ਜਾਂ ਜ਼ਮੀਨਾਂ ਨੂੰ ਲੈ ਕੇ ਖੇਤੀ ਨੂੰ ਲੈ ਕੇ, ਕਿਉਂਕਿ ਜਦੋਂ ਸਰਕਾਰ ਪੰਜਾਬ ਦੀਆਂ ਪਾਣੀ ਟੁੱਟ ਕੇ ਪੰਜਾਬ ਦੀ ਬਿਜਲੀ ਦੁੱਗਣੇ ਰੇਟ 'ਤੇ ਦੇ ਕੇ ਪੰਜਾਬ ਦੀਆਂ ਫਸਲਾਂ ਜਿਹੜੀਆਂ ਕਿਸਾਨਾਂ ਨੂੰ ਚੱਕ ਨਹੀਂ ਰਹੀ, ਉਹਨਾਂ ਮਸਲਿਆਂ ਨੂੰ ਲੈ ਕੇ ਧਰਮਯੁੱਧ ਮੋਰਚਾ ਸ਼ੁਰੂ ਹੋਇਆ ਸੀ ਜਿਹੜਾ ਅੱਗੇ ਜਾ ਕੇ ਅਣਖ ਦਾ ਜਦੋਂ ਸਾਡੀ ਅਣਖ 'ਤੇ ਵਾਰ ਕੀਤਾ ਤਾਂ ਫਿਰ ਉਹ ਮੋਰਚੇ ਨੇ ਅੱਗੇ ਜਾ ਕੇ ਜੋ ਖਾੜਕੂ ਲਹਿਰ ਸ਼ੁਰੂ ਹੋਈ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਅਤੇ ਉਹ ਜਿਹੜੇ ਖਾੜਕੂ ਸੀਗੇ ਉਹ ਕੋਈ ਹੋਰ ਨਹੀਂ ਸੀਗੇ, ਉਹ ਕਿਸਾਨਾਂ ਦੇ ਪੁੱਤ ਹੀ ਸੀਗੇ। ਉਹੀ ਜਿਹੜੀ ਗੱਲ ਵਾਰ ਵਾਰ ਕਹਿੰਦੇ ਆ ਕਿ ਵੀ ਹਲ ਜਿਹੜਾ ਜਦੋਂ ਹੱਥ ਹੱਥ ਤੋਂ ਪੈਂਦਾ ਨਾ ਪਹਿਲਾ ਹਥਿਆਰ ਹਲ ਹੈ,
ओके जी, इस वेले सुन रहे विचार अवतार सिंह खंडा जी के। इस वेले सामने तुम लाइव देख रहे हो कि नौजवान वीर मोटरसाइकलों के जीपां के ट्रैक्टर ट्रक कहते हैं जी, जदों कोई संघर्ष चलता ना तो कहते भी जो थोड़े तो हाथ में आता दाती थोड़ा जो तंगली आँगी तुम लैके मोर्चे पर पहुँचो। तो अच्छ इस तरीके इस रैली में इंग्लैंड भी तुम देख सकते हो कि नौजवान जिस को जो भी चीज़ा सन वो इसे लैके पहुंचे। लखबीर सिंह जी इस वे लाइव देखते पे कहते हैं गुड जॉब भाजी, कीप इट अप, रियली प्राउड ऑफ यू, थैंक यू लखबीर सिंह जी। उत्थे ही लखबीर सिंह जी, असं ये बेनती करते हैं कि इदा के प्रोग्रामों वो तो शेयर करो ता कि अपनी आवाज़ दूर तक पहुँचे, ये आवाज़ दूर तक पहुँचे ता कि इस आवाज़ को बुलंद किया जाए। तो जोड़ा ये किसानी का मोर्चा है, इस मोर्चे नाल जुड़ के असी अपनिया जमीन अपने भरा जे उ इस वे खेतीबाड़ी के अपना गोबर बाजारा करते ने ते उसनू जारी रखा जा सके। अज सरकार दीआं ये नीतियां जिहड़ियां ने ये किसान मारू दे वन तो सन, पर अज ये नीति जिहड़ी लागू हुई है बिहार च की हाल होया वो तुहानू सारयां नू पता है। महाराष्ट्र का किसान किन्ना पीड़ित रहा इस गल का पता है। प्रतीक सैनी जी इस वे साडे नाल जुड़ चुके ने ते कह रहे ने जी गुड जॉब आ जी, थैंक यू प्रतीक जी। उत्थे मैं दसदा जावां कि जिन्हें भी साढ़े इस वेले देखण वाले ने सुनने वाले ने दूर दराडे, किसान का जब तक घर नहीं चलेगा तुहाडा घर भी नहीं चलेगा। अज हर एक चीज़ इस चीज़ के नाल जुड़ी हुई है। तो आओ दोस्तों चलिए अगे वधदे हां। ये लड़ी के नाल तुसीं देख सकते हो कि इस वेले काफला वाधा होया अगे नूं, ये काफला वाधा जा रहा है जी। इस वेले सोहो रोड के वल, सोहो रोड के वल एक काफला वाधा होया, नौजवान मोटरसाइकलों के उत्ते धड़ाधड़ इस चीज़ को लैके एक संकेतक रैली जी चलती पई है। ये संकेतक रैली जिहड़ा के नाम बहुत खूबसूरत नाम दिता सरदार रघवीर सिंह होरां ने कि अज ये संकेत है जी इंग्लैंड के वलों के इतों के लोग तुहाडे नाल ने, इतों के लोग दिलों तुहाडे नाल ने, क्योंकि इतों के वसदे लोग विदेशों के उन्होंने जिहड़ा पंजाब दे विच ने, चाहे वह कितने भी चले जाण, चाहे किन्ने भी लंबे समय तो बाहर वसते होण, कहिंदे ने पंजाब दे विच तत्ती वाह वगदी है ते इत्थे सी निकलदी है। ते अज एक बार फिर जिहड़ियां तत्तियां हवावां पंजाब चलदियां ने उसदा सेक बाहर वसदे पंजाबियां तक पहुँच चुका है। ते इत्थों दे नौजवानां ने रैली आ जिहड़ी करके अज प्रबंध कीता है कि क्यों ना आपां पंजाब दे विच किसान मोर्चे ते बैठे ने। पर उत्थे रघवीर सिंह जी मैं एक सवाल तुहानू करना चाहांगा कि हालांकि धार्मिक ते राजनीतिक तबका हजे अगे नहीं आया, सिंगर इस वेले पंजाब दे मोर्चियां ते पहुँच रहे ने, उसके वास्ते तुहाडा की कहना है? ये भी आपां नू भुलेखा आ कि धार्मिक वर्ग जिहड़ा अगे नहीं आया, वह कुछ के लोग जिहड़े अगे ने आए धार्मिक, क्योंकि जे आपां सोचिए तो आपां सारे जिहड़े धर्मी बंदे आ किसानी दे नाल भी पहलां जुड़े हुए आ बहुत, मतलब जिन्ने अपने लंगर लगे आ, जिन्ने इन्हां प्रोग्रामां च जिन्ना भी लंगरां की सेवा की गई आ वो धार्मिक लोगों वालों गुरुद्वारों वालों की गई आ।
ਇਹ ਕੁਝ ਕੁ ਬੰਦਿਆਂ ਵੱਲੋਂ ਇਹ ਪ੍ਰਚਾਰ ਕਰ ਦਿੱਤਾ ਕਿ ਧਾਰਮਿਕ ਬਾਬੇ ਬਾਹਰ ਨਹੀਂ ਨਿਕਲੇ, ਪਰ ਨਹੀਂ, ਕੁਝ ਕੁ ਜਿਹੜੇ ਆ ਨਹੀਂ ਨਿਕਲੇ ਉਹਨਾਂ ਨੂੰ ਵੀ ਨਿਕਲਣਾ ਚਾਹੀਦਾ, ਜਿਹੜੇ ਕੁਝ ਕੁ ਨਹੀਂ ਨਿਕਲੇ, ਕਿਉਂਕਿ ਇਹ ਲੜਾਈ ਜਿਹੜੀ ਆ ਜਿੱਦਾਂ ਆਪਾਂ ਸੰਤ ਬਾਬਾ ਉਹਨਾਂ ਨੇ ਦਮਦਮੀ ਟਿਕਾਲ ਦੇ ਬਾਬਾ ਹਰਨਾਮ ਸਿੰਘ ਉਹਨਾਂ ਨੇ ਜਲੰਧਰ ਵੀ ਅਤੇ ਆਪਣੇ ਜਿਹੜਾ ਅੰਮ੍ਰਿਤਸਰ ਵੀ ਉੱਥੇ ਲੰਗਰ ਵੀ ਲਾਏ ਆ, ਅਤੇ ਉਹਨਾਂ ਦੀ ਆਹੀ ਗੱਲ ਜਿਹੜੀ ਆਪਾਂ ਕਰਕੇ ਹਟੇ ਹਾਂ ਵੀ ਜੇ ਸੰਤਾਂ ਨੇ ਜਦੋਂ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਸੀ ਉਦੋਂ ਸਿੱਖ ਕੌਮ ਜਾਗੀ ਹੁੰਦੀ, ਸਾਰੇ ਕਿਸਾਨ ਜਾਗੇ ਹੁੰਦੇ ਅਤੇ ਆਹ ਗੱਲ ਨਾ ਹੁੰਦੀ, ਲੇਕਿਨ ਹਾਲੇ ਵੀ ਜਿਹੜੀ ਇਹ ਗੱਲ ਨੂੰ ਜਿੱਦਾਂ ਆਪਾਂ ਫਿਰ ਵੀ ਅਪੀਲ ਕਰਦੇ ਹਾਂ ਜਿਹੜੇ ਬੰਦੇ ਹਾਲੇ ਵੀ ਇੱਦਾਂ ਸੁਣਦੇ ਆ, ਇਕੱਲੇ ਕਿਸਾਨਾਂ ਦੀ ਗੱਲ ਆ, ਇਕੱਲੇ ਕਿਸਾਨਾਂ ਦੀ ਨਹੀਂ, ਸਾਰੇ ਪੰਜਾਬੀਆਂ ਦੀ ਗੱਲ ਆ। ਮੈਂ ਤਾਂ ਇਹ ਵੀ ਕਹਾਂਗਾ ਜਿਹੜੇ ਹਿੰਦੂ ਵੀ ਆ ਪੰਜਾਬ ਦੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ, ਉਹ ਵੀ ਪੰਜਾਬ ਦੇ ਖਾਂਦੇ ਆ, ਉਹ ਵੀ ਉੱਥੋਂ ਦੇ ਖਾਂਦੇ ਆ, ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ। ਠੀਕ ਆ ਜੀ, ਸੋ ਜੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਜੀ ਕਿ ਰੋਲਫ ਸਟਰੀਟ ਤੋਂ ਇਹ ਜਿਹੜਾ ਕਾਫਲਾ ਅੱਗੇ ਵੱਧਦਾ ਜਾ ਰਿਹਾ, ਸਮੈਦਿਕ ਹਾਈ ਸਟਰੀਟ ਤੋਂ ਅੱਗੇ ਵੱਧਦਾ ਹੋਇਆ, ਇਸ ਟਾਈਮ ਗੋਲੂ ਦੇ ਢਾਬੇ ਨੂੰ ਕ੍ਰੋਸ ਕਰਦੇ ਹੋਏ, ਅਤੇ ਇਹ ਜਿਹੜਾ ਹੁਣ ਅਸੀਂ ਭਾਈ ਕਪਤਾਨ ਸਿੰਘ ਨਾਲ ਜਿਹੜੀ ਸਮਾਪਤੀ 'ਤੇ ਉਹਨਾਂ ਦਾ ਜਾਣਾਂਗੇ ਵੀ ਉਹ ਕੀ ਸੋਚਦੇ ਜਿਹੜੀ ਅੱਜ ਦੀ ਰੈਲੀ ਬਾਰੇ। ਇੰਟਰਨੈਸ਼ਨਲ ਪੰਥਕ ਦਲ ਦੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਹਨ, ਕਪਤਾਨ ਸਿੰਘ ਜੀ ਨੌਜਵਾਨਾਂ ਨੂੰ ਬੜਾ ਜੋਸ਼ ਦਿਖਾਇਆ, ਬੜੀ ਮਿਹਨਤ ਵਧੀਆ ਲੱਗੀ ਰੈਲੀ, ਮਤਲਬ ਸੋਹ ਰੋਡ ਤੇ ਜਾ ਕੇ ਸਾਰਾ ਦਿਖਾ ਗਏ, ਤਕਰੀਬਨ 2 ਘੰਟੇ ਦਾ ਚੱਕਰ ਲੱਗੇ ਗਿਆ ਲੱਗਦਾ ਜੀ। ਭਾਈ ਰਘਵੀਰ ਸਿੰਘ ਜੀ ਆਵਾਜ਼ੇ ਕੌਮ ਵੇਖ ਰਹੇ ਜਿਹੜੇ ਸਰੋਤੇ ਨੇ ਉਹਨਾਂ ਨੇ ਵੇਖਿਆ ਲਾਈਵ ਪ੍ਰੋਗਰਾਮ, ਤੁਸੀਂ ਵੇਖਿਆ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀਰ ਭਰਾ ਸ਼ਾਮਿਲ ਹੋਏ ਨੇ, ਔਰ ਬਹੁਤ ਵਧੀਆ ਇਹ ਰੈਲੀ ਜਿਹੜੀ ਹੋਈ ਆ ਇਹ ਆਪਣੇ ਪੰਜਾਬ ਦੇ ਕਿਸਾਨ ਭਰਾਵਾਂ ਦੇ ਹੱਕਾਂ ਵਾਸਤੇ ਹੋਈ ਆ, ਔਰ ਸਰਕਾਰਾਂ ਦੇ ਖਿਲਾਫ ਜਿਹੜੇ ਉਹਨਾਂ ਕਾਨੂੰਨ ਬਣਾਏ ਨੇ ਉਹਨਾਂ ਦੇ ਵਿਰੋਧ ਵੱਲੋਂ ਇਹ ਰੈਲੀ ਜਿਹੜੀ ਅੱਜ ਹੋਈ ਆ। ਸੋ ਮੈਂ ਬਹੁਤ ਸਾਰਿਆਂ ਦਾ ਧੰਨਵਾਦ ਜਿਹੜਾ ਉਹ ਕਰਦਾ। ਸੋ ਇਸੇ ਤਰ੍ਹਾਂ ਹੀ ਅਸੀਂ ਪੰਜਾਬ ਦੇ ਕਿਸਾਨਾਂ ਵਾਸਤੇ ਆਪਣੇ ਭਰਾਵਾਂ ਵਾਸਤੇ ਸੰਘਰਸ਼ ਜਿਹੜਾ ਉਹ ਕਰਦੇ ਰਹਾਂਗੇ, ਉਹਨਾਂ ਦੀ ਆਵਾਜ਼ ਬਣਾਂਗੇ। 30 ਸਤੰਬਰ ਦਿਨ ਬੁੱਧਵਾਰ ਨੂੰ ਜਿਹੜਾ ਉਹ ਗੋਲਡਨ ਗੇਟ 11 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੰਟਰਨੈਸ਼ਨਲ ਪੰਥਕ ਦਲ ਕਿਸਾਨ ਬਚਾਓ ਵਿੰਗ ਵੱਲੋਂ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਣਾ, ਤੇ ਸ਼ਵੇਤ ਮਲਕ ਰਾਜ ਸਭਾ ਮੈਂਬਰ ਭਾਜਪਾ ਦੇ ਘਰ ਦਾ ਜਿਹੜਾ ਘਿਰਾਓ ਕੀਤਾ ਜਾਣਾ ਹੈ, ਉਹਦੇ ਵਿੱਚ ਸੰਗਤਾਂ ਵੱਧ ਤੋਂ ਵੱਧ ਜਿਹੜੀਆਂ ਉਹ ਸ਼ਾਮਿਲ ਹੋਣ, ਖਾਸ ਕਰਕੇ ਮਾਝੇ ਦੇ ਜਿਹੜੇ ਕਿਸਾਨ ਵੀਰ ਨੌਜਵਾਨ ਨੇ ਉਹ ਸ਼ਾਮਿਲ ਹੋਣ, ਲਾਗੇ ਲਾਗੇ ਦੇ ਜਿਹੜੇ ਮੇਰੇ ਵੀਰ ਨੇ ਉਹ ਸ਼ਾਮਿਲ ਹੋਣ, ਤਾਂ ਕਿ ਜਿੱਥੇ ਰਾਜ ਸਭਾ 'ਚ ਲੋਕ ਸਭਾ 'ਚ ਬਿੱਲ ਪਾਸ ਹੋਏ ਨੇ ਉੱਥੇ ਤੱਕ ਪਤਾ ਲੱਗ ਜਾਵੇ ਉਹਨਾਂ ਨੂੰ, ਉੱਥੇ ਤੱਕ ਜਿਹੜਾ ਹੈ ਉਹ ਪਤਾ ਲੱਗ ਜਾਵੇ ਵੀ ਇਹ ਜਿਹੜਾ ਵਿਰੋਧ ਹੈ ਇਹ ਇਸੇ ਤਰ੍ਹਾਂ ਹੀ ਜਿਹੜਾ ਉਹ ਚੱਲਦਾ ਰਹਿਣਾ ਜਿੰਨਾ ਚਿਰ ਇਹ ਬਿੱਲ ਇਹ ਕਾਨੂੰਨ ਨਾ ਵਾ। ਆਪਾਂ ਖੜੇ ਆ ਮਤਲਬ ਗ੍ਰੇਟ ਕਿੰਗ ਜੀ, ਮਤਲਬ ਗ੍ਰੇਟ ਬਾਦ ਜਿਹੜੇ ਲਾਈਨ ਆਫ ਦਾ ਕਿੰਗ ਜੀ, ਜਿਹੜੇ ਮਤਲਬ ਉਸਲੇ ਅੰਗਰੇਜ਼ਾਂ ਦੇ ਵੇਲੇ ਵੀ ਮਤਲਬ ਹੱਕ ਸੱਚ ਦੇ ਲੜੇ ਆ, ਉਹ ਸਟੈਚੂ ਦੇ ਸਾਹਮਣੇ ਖੜੇ ਆ। ਬਿਲਕੁਲ ਭਾਈ ਰਘਵੀਰ ਸਿੰਘ ਜੀ, ਇਹ ਇੱਕ ਜਿੰਦਾ ਜਾਗਦਾ ਇਤਿਹਾਸ ਆ ਵੀ ਪੰਜਾਬ ਦੇ ਸਿੱਖਾਂ ਨੇ ਤੇ ਵਿਦੇਸ਼ਾਂ ਦੇ ਵਿੱਚ ਆਣ ਕੇ ਵੀ ਇਨਸਾਫ ਵਾਸਤੇ ਲੜਾਈਆਂ ਲੜੀਆਂ ਤੇ ਜਿੱਤ ਪ੍ਰਾਪਤ ਕਰਕੇ ਸ਼ਹਾਦਤਾਂ ਪਾਈਆਂ, ਤੇ ਅੱਜ ਸਾਡੀ ਪੰਜਾਬ ਦੀ ਲੜਾਈ ਆ, ਅੱਜ ਸਾਡੇ ਘਰ ਦੀ ਲੜਾਈ ਆ, ਸਾਡੀ ਜ਼ਮੀਨ ਦੀ ਸਾਡੀ ਕਿਸਾਨੀ ਦੀ ਲੜਾਈ ਆ, ਤੇ ਅਸੀਂ ਆਪਣੇ ਘਰ ਵਾਸਤੇ ਆਪਣੀ ਜ਼ਮੀਨ ਵਾਸਤੇ ਆਪਣੇ ਕਿਸਾਨ ਭਰਾਵਾਂ ਵਾਸਤੇ ਵੀ ਹਰ ਤਰ੍ਹਾਂ ਦਾ ਸੰਘਰਸ਼ ਜਿਹੜਾ ਉਹ ਕਰ ਸਕਦੇ ਹਾਂ, ਹਰ ਤਰ੍ਹਾਂ ਦਾ ਜਿਹੜਾ ਯੋਗਦਾਨ ਉਹ ਪਾ ਸਕਦੇ ਹਾਂ ਤੇ ਪਾਉਂਦੇ ਰਵਾਂਗੇ ਜੀ। ਸੋ ਅੱਜ ਇਹ ਰੈਲੀ ਜਿਹੜੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਹੋਈ ਹੈ, ਨੌਜਵਾਨ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ, ਤੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਜਿਹੜਾ ਇਸੇ ਤਰ੍ਹਾਂ ਉਹਨਾਂ ਦਾ ਹੀ ਸਾਥ ਦਿੰਦੇ ਰਵਾਂਗੇ। ਤੁਸੀਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖਦੇ ਰਹਿਣਾ ਆਵਾਜ਼ੇ ਕੌਮ ਟੀਵੀ, ਇਹਦਾ ਵੱਧ ਤੋਂ ਵੱਧ ਸਾਥ ਦੇਣਾ, ਕੋਈ ਵੀ ਸਮਾਜਿਕ ਰਾਜਨੀਤਿਕ ਧਾਰਮਿਕ ਪ੍ਰੋਗਰਾਮ ਤੁਸੀਂ ਲਾਈਵ ਕਰਾਉਣਾ ਚਾਹੋ ਤੇ ਆਵਾਜ਼ੇ ਕੌਮ ਦੇ ਹੇਠ ਲਿਖੇ ਨੰਬਰਾਂ ਦੇ ਉੱਪਰ ਸੰਪਰਕ ਜਿਹੜਾ ਉਹ ਕਰ ਸਕਦੇ ਹੋ। ਹਾਈ ਸਟਰੀਟ ਸਮੈਦਕ ਤੋਂ ਇਹ ਰੈਲੀ ਸ਼ੁਰੂ ਹੋਈ ਸੀ, ਸੋ ਰੋਡ ਤੋਂ ਹੁੰਦੀ ਹੋਈ ਹਾਈ ਸਟਰੀਟ ਸਮੈਦਕ ਵਿਖੇ ਇਹ ਰੈਲੀ ਜਿਹੜੀ ਹੈ ਉਹ ਸਮਾਪਤ ਹੋ ਰਹੀ ਹੈ। ਜਿਹੜੇ ਵੀਰ ਲਾਈਵ ਵੇਖ ਰਹੇ ਸਨ, ਜਿੰਨਾ ਸ਼ੇਅਰ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਸਮੇਂ 'ਚ ਫਿਰ ਕਿਸੇ ਪ੍ਰੋਗਰਾਮ ਦੇ ਨਾਲ ਆਪਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਭੁੱਲ ਚੁੱਕ ਦੀ ਖਿਮਾ, ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਦੇਖਦੇ ਰਹਿਣਾ ਆਵਾਜ਼ੇ ਕੌਮ ਟੀਵੀ, ਦਾਸ ਕਪਤਾਨ ਸਿੰਘ, ਭਾਈ ਰਘਵੀਰ ਸਿੰਘ ਦੇ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।